ਪਹਿਲਾਂ ਤਾਂ ਜਿਹੜੀ ਲਾਈ ਸੀ ਉਹਦੇ ਤੋਂ ਕੋਈ ਪਤਾ ਹੀ ਨਹੀਂ ਲੱਗਿਆ ਹੈਗਾ, ਇੰਨੇ ਕਾਗਜ਼ ਤਾਂ ਹੈ ਹੀ ਨਹੀਂ ਸੀ ਜਿੰਨੇ ਹੁਣ ਲੱਗੇ ਆ ਜੀ। ਠੀਕ ਹੈ, ਤੇ ਵਿਆਹ ਤੁਹਾਡਾ ਲਵ ਮੈਰਿਜ ਸੀ ਕਿ ਅਰੇਂਜ ਮੈਰਿਜ ਸੀ? ਲਾਭ ਮਿਲ ਜੀ। ਹਾਂ ਜੀ, ਹਾਂ ਤੁਸੀਂ ਪਰਮਾਤਮਾ ਕਿੰਨੀ ਬਹੁਤ ਸੋਹਣੇ ਜੀ। ਹਰ ਰੋਜ਼ ਜਿਹੜੇ ਦਿਮਾਗ ਟੈਂਸ਼ਨ ਸੀ ਜੀ, ਅੱਜ ਟੈਂਸ਼ਨ ਮੇਰੀ ਦੂਰ ਹੋ ਗਈ। ਵੱਡੀ ਛੋਟਾ ਛੋਟਾ ਜੀ ਅਸੀਂ ਕੀਤਾ, ਦੇ ਨਹੀਂ ਸਕਦੇ ਸਭ, ਮੈਨੂੰ ਤਾਂ ਬਿਲਕੁਲ ਸ਼ਬਦ ਹੀ ਨਹੀਂ ਹੈ ਜੀ ਜਿਹੜਾ ਤੁਹਾਨੂੰ ਮੈਂ ਕਹਿ ਸਕਾਂ ਵੀ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਬਹੁਤ ਬਹੁਤ ਤੁਹਾਡਾ ਮੁਬਾਰਕਾਂ ਜੀ। ਮੈਨੂੰ ਰੋਜ਼ ਇਹ ਰਹਿੰਦਾ ਸੀ, ਮੈਨੂੰ ਚਾਹੇ ਪਿੰਡ 'ਚ ਰਹਿੰਦਾ ਦੁੱਬੜ ਹੋਇਆ ਪਿਆ ਸੀ, ਮੇਰੇ ਕਾਕੇ ਦਾ ਕਹਿੰਦਾ ਸੀ ਬੀਟਾ ਆ ਗਿਆ, ਤੂੰ ਤੋੜ ਜਾਇਆ ਤੇ ਨਹੀਂ ਗਾ। ਜਿਹੜੇ ਅੱਜ ਮੈਂ ਪਰਮਾਤਮਾ ਕਰਨੀ ਸੁਣਦਾ, ਮੈਂ ਧੰਨਵਾਦ ਕਰਦਾ। ਤੁਹਾਡੀ ਕਿਰਪਾ ਨਾਲ ਜੀ ਇਹ ਗੱਡਾ ਨਹੀਂ ਸਾਡੀ ਮਹਾਰਾਜ। ਬਹੁਤ ਟਾਈਮ ਲੱਗਦਾ, ਪਰ ਟਾਈਮ ਲੱਗਿਆ, ਟਾਈਮ ਲੱਗਣ ਨਾਲ ਬਿਲਕੁਲ ਸਾਡਾ ਫਾਇਦਾ ਹੋਇਆ ਜੀ। ਟਾਈਮ ਜੇ ਠੰਡੇ ਦਿਮਾਗ ਚੱਲੇ ਜੀ, ਸਾਨੂੰ ਜੀ ਬਹੁਤ ਮੌਕਾ ਮਿਲਿਆ ਇਹਚੋਂ। ਨਹੀਂ ਸਰ, ਤੁਸੀਂ ਇੱਦਾਂ ਸੀਗਾ ਵੀ ਤੁਸੀਂ ਕਿਹਾ ਸੀਗਾ ਵੀ ਚਲੋ ਫੀਸ ਦਾ ਤਾਂ ਕੋਈ ਨਹੀਂ ਹੈਗਾ, ਤੁਸੀਂ ਇੰਨਾ ਤਸੱਲੀ ਕਹੀ ਸੀ ਵੀ ਹਾਂ ਜੇ ਹੌਲੀ ਹੌਲੀ ਕਰਾਂਗੇ ਤਾਂ ਵੀ ਤੁਹਾਡੇ ਤੇਰੇ ਘਰ ਵਾਲੇ ਨੂੰ ਕੈਨੇਡਾ ਪਹੁੰਚਾ ਦਾਂਗੇ, ਉਹ ਤੁਸੀਂ ਕਰਤਾ ਆ। ਹਾਂਜੀ, ਤੁਸੀਂ ਜਿੱਦਾਂ ਵੀ ਆਪਾਂ ਸਾਰੀ ਫਾਈਲ ਤਿਆਰ ਕੀਤੀ ਹੈ, ਜੋ ਤੁਸੀਂ ਸਬਮਿਟ ਕਰਨ ਤੋਂ ਪਹਿਲਾਂ ਤੁਸੀਂ ਸਾਨੂੰ ਸਾਰਾ ਕੁਝ ਚੈੱਕ ਕਰਵਾਇਆ ਵੀ ਕਿੱਦਾਂ ਆਪਾਂ ਕਰਨਾ ਆ, ਤੁਸੀਂ ਸਾਰਾ ਕੁਝ ਭੇਜਿਆ ਸੀ ਉਹ ਤੋਂ ਪਹਿਲਾਂ। ਸਰ ਜਿਹੜੀ ਪਹਿਲਾਂ ਫਾਈਲ ਆਈ ਸੀ ਉਹਦੇ ਵਿੱਚ ਜਿੱਦਾਂ ਮੈਂ ਪਹਿਲਾਂ ਸਟੂਡੈਂਟ ਸੀਗੀ, ਮੇਰੀ ਸਟੱਡੀ ਚੱਲਦੀ ਸੀਗੀ, ਤੇ ਉਦੋਂ ਫਿਰ ਉਹ ਆਪਾਂ ਇੰਡੀਆ ਤੋਂ ਹੀ ਲਵਾਈ ਸੀਗੀ ਇੱਦਾਂ ਏਜੰਟ ਤੋਂ, ਤੇ ਉਹਨਾਂ ਨੇ ਮਤਲਬ ਜੋ ਜੋ ਸਾਨੂੰ ਪੇਪਰ ਦਿੱਤੇ ਕਾਲਜ ਵੱਲੋਂ, ਦੋ ਚਾਰ ਪੇਪਰ ਉਹ ਸੀਗੇ, ਤੇ ਬਾਕੀ ਉਹਨਾਂ ਨੇ ਆਪਣੇ ਵੱਲੋਂ ਕਹਿਤਾ ਸੀ ਵੀ ਮੈਨੂੰ ਮਤਲਬ ਉੱਕੇ ਫੁੱਕੇ ਪੈਸੇ ਦੇ ਦਿਓ, ਬਾਕੀ ਮੈਂ ਸਭ ਆਪੇ ਕਰ ਲੂੰਗੀ। ਤੇ ਫਿਰ ਉਹਨਾਂ ਨੇ ਓਦਾਂ ਹੀ ਫਿਰ ਦੇਤਾ ਰਿਜ਼ਲਟ ਵੀ, ਉਵੇਂ ਹੀ ਦਿੱਤਾ ਆ ਵੀ ਉੱਕਾ ਫੁੱਕਾ ਹੀ ਦੇਤਾ ਸੀਗਾ। ਤੇ ਪਰ ਤੁਸੀਂ ਸਾਨੂੰ ਨਾਲੇ ਸਾਰੀ ਕਲੀਅਰ ਗੱਲ ਵੀ ਦੱਸੀ ਵੀ ਆਪਾਂ ਏਦਾਂ ਏਦਾਂ ਕਰਨਾ ਆ, ਆਹ ਪੇਪਰ ਚਾਹੀਦਾ। ਜਿੱਦਾਂ ਪਹਿਲਾਂ ਫਾਈਲ ਆਈ ਸੀਗੀ ਉਹਦੇ ਵਿੱਚ ਸਾਨੂੰ ਏਦਾਂ ਕੁਛ ਕਲੀਅਰ ਵੀ ਨਹੀਂ ਸੀਗਾ ਵੀ ਸਾਡਾ ਕੀ, ਉਹਨਾਂ ਨੇ ਮਤਲਬ ਸਾਡਾ ਰਿਲੇਸ਼ਨ ਕਿੱਦਾਂ ਸ਼ੋ ਕੀਤਾ ਆ, ਜਾਂ ਮਤਲਬ ਸਾਡਾ ਵਿਆਹ ਕਿੱਦਾਂ ਸ਼ੋ ਕੀਤਾ ਆ, ਕੀ ਦਿੱਤਾ। ਬਟ ਹੁਣ ਵਾਲੀ ਫਾਈਲ 'ਚ ਸੀਗਾ ਵੀ ਜਿੱਦਾਂ ਆਪਾਂ ਸਾਰੇ ਰੀਤੀ ਰਿਵਾਜ ਵਿਆਹ ਦੇ ਵੀ, ਹਾਂ ਸਾਡਾ ਵਿਆਹ ਜੈਨੂਇਨ ਆ ਗਾ। ਆਪਣੇ ਫੁੱਲ ਲਾਈ ਆ, ਉਦੋਂ ਬਾਅਦ 'ਚ ਸਾਨੂੰ ਕਹਿਣ ਲੱਗ ਗਏ ਸੀ ਕੀ ਗੱਲ, ਇਹ ਇਹਦੇ ਨਾਲ ਦੇ ਮੁੰਡੇ ਚਲੇ ਗਏ, ਐ ਹੋ ਗਿਆ, ਉਹ ਹੋ ਗਿਆ। ਸਾਨੂੰ ਤਕਰੀਬਨ ਇੱਕ ਵੀ ਦੇਖੋ ਬਚੋ ਪ੍ਰਭੂ ਠੱਗਾ ਤੋਂ, ਵੀ ਦੇਖੋ ਤੁਸੀਂ ਜਿਹੜੀ ਗੱਲ ਕਹੀ, ਮੈਂ ਤਾਂ ਇਹਨੂੰ ਏਜੰਟ ਨੂੰ ਉਦੋਂ ਨਹੀਂ ਕਹਿ ਸਕਦਾ ਏਜੰਟ ਵੀ ਠੰਡਾ ਚੱਲ ਕੋਈ ਗੱਲ ਨਹੀਂ, ਜੇ ਪਰਮਾਤਮਾ ਕਿਨੂੰ ਆਪਣਾ ਕੁਛ ਆਪਣੇ ਇੱਕ ਨੰਬਰ ਦਾ ਪੈਸਾ ਵਾ, ਵੀ ਜੇ ਆਪਣਾ ਕੋਈ ਪਰਮਾਤਮਾ ਕਿਨੂੰ ਚੰਗਾ ਕੀਤਾ ਹੋਇਆ ਆਪਣਾ ਵੀਜ਼ਾ ਆਊਗਾ। ਦੇਖੋ ਤੁਹਾਡੇ ਨਾਲ ਗੱਲ ਕਿਹੜਾ ਕੀਤੀ, ਮੈਂ ਮੁੜ ਕੇ ਤੁਹਾਡੇ ਨਾਲ ਕੀਤੀ ਨਹੀਂ, ਮੈਂ ਉਦੋਂ ਹੀ ਦੱਸਤਾ ਜੀ ਮੈਂ ਏਜੰਟ ਮੈਂ ਬਹੁਤੀ ਗੱਲ ਨਹੀਂ ਕਰਨੀ, ਠੀਕ ਆ ਵੀ ਗੱਲ ਪਰਮਾਤਮਾ ਕਿਨੀ ਉਦੋਂ ਹੀ ਹੋਊ ਜਿੱਦਣ ਵੀਜ਼ਾ ਆਊਗਾ। ਅੱਜ ਅਸੀਂ ਇੰਨੇ ਖੁਸ਼ ਆ ਜਾਣੀ ਪਰਮਾਤਮਾ, ਚਲੋ ਜੀ ਗੱਲ ਜਿੰਨੀ ਕੁ ਉਹੀ ਕਹਿੰਦਾ ਵੀ ਜਿੰਨੀ ਕੁ ਬੁੱਧੀ ਆ। ਦੇਖੋ ਮੈਂ ਗੱਲ ਇਹ ਕਹਿੰਦਾ ਵੀ ਜਿੰਨੀ ਤੁਸੀਂ ਇਸ ਬੇੜੇ 'ਤੇ ਕੀਤਾ ਪਰਮਾਤਮਾ ਤੁਹਾਨੂੰ ਇੰਨੀ ਮਹੱਤ ਰੱਖੀ ਬਖਸ਼ੇ ਨਾ, ਤੁਸੀਂ ਤੁਹਾਨੂੰ ਇੰਨੇ ਵੀਜੇ ਤੁਸੀਂ ਲਵਾਓ ਲੋਕਾਂ ਦੇ, ਤੁਹਾਨੂੰ ਲਾਈ ਆ। ਅਸੀਂ ਕੈਨੇਡਾ ਦਾ ਰਸਤਾ ਵੀ ਨਹੀਂ ਸੀ ਵੇਖਿਆ, ਬਾਕੀ ਸਾਡੀ ਬੱਚੀ ਜਿਉਂਦੀ ਰਹੇ, ਜਿਹਨੇ ਕੁਰਬਾਨੀ ਕਰੀ ਬੈਂਡ ਲਏ, ਜਿਹਨੇ ਸਾਡਾ ਬੱਚਾ ਬਾਹਰ ਬਚਾਉਣਾ। ਜੇ ਕੋਈ ਸਾਧੂ ਮਹਾਤਮਾ ਜਾਂ ਤੁਸੀਂ ਹੋ ਵੀ ਜਿਹੜਾ ਕੋਈ ਗਰੀਬ ਦੀ ਹਰਾ ਸੇਰੀ ਨਾਲ ਕੰਮ ਉਠਾਵੇ, ਬੰਦੇ ਕੰਮ ਬਣਾਵੇ, ਇਹ ਵੀ ਬਹੁਤ ਜੀ ਧੰਨਵਾਦ। ਨਹੀਂ ਨਹੀਂ ਮਾਤਾ ਦੇ ਨਹੀਂ ਸਕਦੇ, ਨਹੀਂ ਨਹੀਂ ਦੇਣ ਵਾਲੀ ਕੋਈ ਗੱਲ ਨਹੀਂ ਆ। ਬਸ ਸਾਡਾ ਮਨ ਬਹੁਤ ਟੁੱਟਿਆ ਰਿਹਾ ਸੀ, ਅਸੀਂ ਕਹਿੰਦੇ ਵਾਹਿਗੁਰੂ ਸਾਡੀ ਵੀ ਕਿਤੇ ਪਾਪੀਆਂ ਦੀ ਸੁਣ ਲਾ, ਸਾਨੂੰ ਵੀ ਭਾਗ ਲਾ ਦੇ। ਅਕਸਰ ਆਪਾਂ ਸਾਰੇ ਪਿੰਡਾਂ ਤੋਂ ਹਾਂ ਅਤੇ ਪਿੰਡਾਂ ਦੇ ਵਿੱਚ ਅਕਸਰ ਜੇ ਗੱਲ ਕੀਤੀ ਜਾਂਦੀ ਆ ਤਾਂ ਸਪਾਊਸ ਵੀਜ਼ਾ ਆਪਣੇ ਲਈ ਇੱਕ ਬਹੁਤ ਵੱਡੀ ਚੀਜ਼ ਹੋ ਗਿਆ ਕਿ ਅਪਰੂਵਲ ਅਤੇ ਡਿਸਅਪਰੂਵਲਸ ਆਉਂਦੀਆਂ। ਠੀਕ ਹੈ, ਉਹਨਾਂ ਦੇ ਵਿੱਚੋਂ ਹੀ ਅੱਜ ਸਾਡੇ ਨਾਲ ਇੱਕ ਪਰਿਵਾਰ ਆ ਜਿਹੜਾ ਸਾਡੇ ਨਾਲ ਜੁੜਿਆ, ਸਾਡੇ ਨਾਲ ਕਦੀ ਮਿਲਿਆ ਨਹੀਂ, ਬਟ ਅੱਜ ਉਹਨਾਂ ਨੂੰ ਆਪਾਂ ਖੁਸ਼ੀ ਦੇ ਦਿੱਤੀ ਆ ਕਿ ਜਿਹੜਾ ਕੰਮ ਹੋਣਾ ਸੀ ਆ ਉਹ ਹੋ ਚੁੱਕਿਆ। ਸੋ ਇਸ ਕੇਸ ਦੇ ਵਿੱਚੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਇੱਕ ਪਿੰਡ ਤੋਂ ਬੰਦਾ ਆਉਂਦਾ, ਕਿਵੇਂ ਉਹਨੂੰ ਅਨਆਥੋਰਾਈਜ਼ ਜਿਹੜੇ ਏਜੰਟ ਆ ਉਹ ਟਾਰਗੇਟ ਕਰਦੇ ਆ। ਦੂਜੇ ਪਾਸੇ ਕੈਨੇਡਾ ਸਰਕਾਰ ਵੱਲੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਸਪਾਊਸਲ ਓਪਨ ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਅਪਰੂਵਡ ਕੀਤੀਆਂ ਜਾ ਰਹੀਆਂ, ਵੀਜ਼ਾ ਰੇਟ ਬਹੁਤ ਵਧੀਆ ਚੱਲ ਰਿਹਾ, ਇੱਕ ਤਰ੍ਹਾਂ ਦੀ ਖੁਸ਼ਖਬਰੀ ਆ ਵੀ ਆਲਮੋਸਟ ਸਾਰੀਆਂ ਐਪਲੀਕੇਸ਼ਨਾਂ ਅਪਰੂਵਡ ਹੋ ਰਹੀਆਂ। ਜਿਹੜੀਆਂ ਅਨਆਥੋਰਾਈਜ਼ ਤੋਂ ਲੱਗ ਰਹੀਆਂ ਜਾਂ ਜਿਹੜੀਆਂ ਐਪਲੀਕੇਸ਼ਨਾਂ ਵੀਕ ਤਰੀਕੇ ਨਾਲ ਮਾੜੇ ਤਰੀਕੇ ਨਾਲ ਲਾਈਆਂ ਜਾਂਦੀਆਂ ਉਹਨਾਂ ਦੇ ਰਿਜ਼ਲਟ ਹਜੇ ਵੀ ਮਾੜੇ ਆ ਰਹੇ ਆ। ਬਟ ਅੱਜ ਆਪਾਂ ਉਸ ਪਰਿਵਾਰ ਦੀ ਕਹਾਣੀ ਜਾਣਾਂਗੇ। ਚਾਰ ਜੀ ਆ ਸਾਡੇ ਨਾਲ, ਇੱਕ ਪਾਸੇ ਮੁੰਡੇ ਦੀ ਘਰਵਾਲੀ ਬੈਠੀ ਆ, ਇੱਕ ਪਾਸੇ ਮੁੰਡਾ ਬੈਠਾ ਅਤੇ ਇੱਕ ਪਾਸੇ ਮੁੰਡੇ ਦੇ ਫਾਦਰ ਸਾਹਿਬ ਬੈਠੇ ਆ ਅਤੇ ਭਰਾ ਹੁਣੀ ਬੈਠੇ ਆ। ਸੋ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਹਿਲੀ ਗੱਲ ਤਾਂ ਤੁਹਾਡਾ ਕੈਨੇਡਾ ਦਾ ਵੀਜ਼ਾ ਲੱਗ ਚੁੱਕਿਆ, ਠੀਕ ਹੈ, ਉਹ ਮੈਂ ਅੱਗੇ ਜਾ ਕੇ ਤੁਹਾਨੂੰ ਦਿਖਾ ਦੂੰਗਾ, ਠੀਕ ਹੈ। ਅਤੇ ਆਪਾਂ ਜਾਣਦੇ ਹਾਂ ਕਿ ਕਿਵੇਂ ਤੁਸੀਂ ਸਾਡੇ ਨਾਲ ਮਿਲੇ, ਤੁਹਾਡਾ ਪਾਸਟ ਜਿਹੜਾ ਐਕਸਪੀਰੀਅੰਸ ਆ ਉਹ ਕਿਵੇਂ ਦਾ ਰਿਹਾ, ਕਿਵੇਂ ਕਿਹੜੀਆਂ ਕਿਹੜੀਆਂ ਗੱਲਾਂ ਬਾਤਾਂ ਤੁਸੀਂ ਦੇਖੀਆਂ ਸਾਡੇ ਵਿੱਚ। ਕਿਉਂਕਿ ਇੱਕ ਸਭ ਤੋਂ ਵੱਡੀ ਗੱਲ ਆ, ਸਾਡੇ ਲੋਕ ਹਮੇਸ਼ਾ ਕਹਿੰਦੇ ਕਿ ਅਸੀਂ ਮਿਲਣਾ ਜੀ, ਕਦੀ ਤੁਸੀਂ ਸਾਨੂੰ ਮਿਲੇ ਨਹੀਂ, ਠੀਕ ਹੈ, ਪੈਸੇ ਸਾਨੂੰ ਦਿੱਤੇ ਆ, $3,000 ਸਾਨੂੰ ਦਾਨ ਕਰ ਚੁੱਕੇ ਹੋ, ਸਾਡੀ ਝੋਲੀ 'ਚ ਪਾ ਚੁੱਕੇ ਹੋ,
ਕਦੀ ਤੁਸੀਂ ਇਹ ਨਹੀਂ ਕਿਹਾ ਵੀ ਪੈਸੇ ਜ਼ਿਆਦੇ ਆ ਜਾਂ ਕੁਛ ਆ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਭਾਈ ਜਗਦੀਪ ਸਿੰਘ, ਸਤਿ ਸ਼੍ਰੀ ਅਕਾਲ ਬਾਈ ਜੀ, ਅਤੇ ਭੈਣ ਜੀ ਇੱਧਰ ਜਸਪ੍ਰੀਤ ਕੌਰ ਹੈਗੀ ਆ, ਠੀਕ ਹੈ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਆ ਮੇਰੇ ਵੱਲੋਂ, ਉਹਨਾਂ ਦਾ ਮਾਈਕ ਮੈਂ ਮਿਊਟ ਕੀਤਾ ਹੋਇਆ, ਅਤੇ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਬੈਠੇ ਆ। ਅਤੇ ਸਭ ਤੋਂ ਪਹਿਲਾਂ ਜਗਦੀਪ ਸਿੰਘ ਤੋਂ ਸ਼ੁਰੂ ਕਰਦੇ ਹਾਂ ਬਾਈ ਜੀ, ਵੀ ਇਹ ਤੁਹਾਡਾ ਰਿਲੇਸ਼ਨਸ਼ਿਪ ਕਦੋਂ ਸ਼ੁਰੂ ਹੋਇਆ ਅਤੇ ਕਿਵੇਂ ਕਿਵੇਂ ਤੁਹਾਡਾ ਕੇਸ ਸੀ ਆ ਅਤੇ ਕੀ ਕੁਛ ਸੀਗਾ, ਕਿਹੜੀਆਂ ਕਿਹੜੀਆਂ ਕਮੀਆਂ ਤੁਹਾਨੂੰ ਲੱਗਦੀਆਂ ਸੀ ਤੁਹਾਡੀ ਫਾਈਲ ਦੇ ਵਿੱਚ, ਮੈਨੂੰ ਉਹ ਦੱਸ ਦਿਓ ਅੱਜ। ਪਹਿਲਾਂ ਤਾਂ ਕਮੀਆਂ ਤਾਂ ਜੀ ਪਹਿਲਾਂ ਨਾਲ ਫਾਈਲ ਤਾਂ ਹੁਣ ਤਾਂ ਬਹੁਤ ਸਟਰੋਂਗ ਸੀਗੀ। ਪਹਿਲਾਂ ਤਾਂ ਜਿਹੜੀ ਲਾਈ ਸੋਚ ਤੱਕ ਉਹ ਪਤਾ ਹੀ ਨਹੀਂ ਲੱਗਿਆ ਹੈਗਾ, ਇੰਨੇ ਕਾਗਜ਼ ਤਾਂ ਹੈ ਹੀ ਨਹੀਂ ਸੀ ਜਿੰਨੇ ਹੁਣ ਲੱਗੇ ਜੀ। ਅਤੇ ਨਹੀਂ, ਇਹ ਰਿਸ਼ਤੇ ਵਾਲੀ ਗੱਲਬਾਤ ਮੈਨੂੰ ਥੋੜ੍ਹੀ ਜਿਹੀ ਦੱਸੋ ਵੀ ਇਹ ਰਿਸ਼ਤਾ ਕਿਵੇਂ ਤੁਹਾਡਾ ਸ਼ੁਰੂ ਹੋਇਆ, ਸਾਰੀਆਂ ਚੀਜ਼ਾਂ ਕਿਵੇਂ ਚੱਲੀਆਂ ਇਹ, ਅਤੇ ਇਹ ਲਵ ਮੈਰਿਜ ਆ, ਅਰੇਂਜ ਮੈਰਿਜ, ਉਹ ਸਾਰਾ ਕੁਛ, ਕਦੋਂ ਤੁਹਾਡਾ ਵਿਆਹ ਹੋਇਆ, ਕਦੋਂ ਤੁਹਾਡੀ ਵਾਈਫ ਕੈਨੇਡਾ ਆਏ ਆ, ਉਹ ਮਾੜਾ ਜਿਹਾ ਦੱਸ ਦਿਓ, ਅਤੇ ਕਿੰਨੀਆਂ ਰਿਫਿਊਜ਼ਲਾਂ ਬਾਅਦ ਤੁਹਾਡੀ ਅੱਜ ਅਪਰੂਵਲ ਆਈ ਆ। ਫਸਟ ਰਿਫਿਊਜ਼ਲ ਆਈ ਸੀਗੀ। ਅੱਛਾ ਅੱਛਾ, ਫਸਟ ਰਿਫਿਊਜ਼ਲ ਤੋਂ ਬਾਅਦ ਤੁਹਾਡੀ ਅਪਰੂਵਲ ਆਈ ਆ। ਹਾਂਜੀ, ਠੀਕ ਹੈ। ਅਤੇ ਵਿਆਹ ਤੁਹਾਡਾ ਲਵ ਮੈਰਿਜ ਸੀ ਕਿ ਅਰੇਂਜ ਮੈਰਿਜ ਸੀ? ਲਵ ਮੈਰਿਜ ਜੀ। ਠੀਕ ਹੈ ਠੀਕ ਹੈ, ਤੁਹਾਡੇ ਜਿਹੜੇ ਰੀਤੀ ਰਿਵਾਜ਼ ਵਿਆਹ ਵਾਲੇ ਸੀ ਉਹ ਸਾਰੇ ਹੋਏ ਸੀਗੇ ਜਾਂ ਸ਼ੋਰਟ ਸੀ ਜਾਂ ਕੋਈ ਵੀ ਕਮੀ ਕਿਤੇ ਤੁਹਾਨੂੰ ਲੱਗਦੀ ਸੀ? ਨਹੀਂ, ਸਾਰੀ ਸੀਗੀ। ਅੱਛਾ, ਅਤੇ ਜਿਹੜੀ ਪਹਿਲੀ ਰਿਫਿਊਜ਼ਲ ਆਈ ਸੀ ਉਹ ਕਿਵੇਂ ਆਈ ਸੀ, ਉਹ ਵੀ ਮੈਨੂੰ ਮਾੜਾ ਜਿਹਾ ਦੱਸ ਦਿਓ ਵੀ ਕੀ ਰੀਜ਼ਨ ਸੀ ਇਹ। ਠੀਕ ਹੈ, ਪੰਜਾਬ 'ਚੋਂ ਤੁਸੀਂ ਪਹਿਲਾਂ ਫਾਈਲ ਲਵਾਈ ਸੀ, ਕਹਿੰਦੇ ਵੀ ਸਾਰਾ ਕੁਛ ਤੁਹਾਡਾ ਸਹੀ ਸੀ ਆ, ਸਾਰੀਆਂ ਚੀਜ਼ਾਂ ਸਹੀ ਸੀਆਂ, ਪਰ ਫਿਰ ਵੀ ਤੁਹਾਡੀ ਰਿਫਿਊਜ਼ਲ ਆ ਗਈ ਆ, ਕੀ ਕਮੀ ਲੱਗੀ ਤੁਹਾਨੂੰ ਜਦੋਂ ਤੁਸੀਂ ਪਹਿਲਾਂ ਫਾਈਲ ਕਰਵਾਈ? ਨਹੀਂ, ਉਸ ਟਾਈਮ ਵੀ ਪੜ੍ਹਾਈ ਖਤਮ ਹੋ ਗਈ ਸੀਗੀ। ਅੱਛਾ 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 ਅੱਛਾ, ਤੇ ਉਹ ਰੀਜ਼ਨ ਹੋ ਗਿਆ। ਦੂਜੇ ਪਾਸੇ ਤੁਹਾਡੀ ਇੱਕ ਚੀਜ਼, ਜਦੋਂ ਕੇਸ ਨੋਟ ਪੜੇ, ਤੁਹਾਡੇ ਫੰਡ ਦਾ ਵੀ ਇਸ਼ੂ ਸੀ ਆ ਕੁਛ ਚੀਜ਼ਾਂ ਦੇ ਉੱਤੇ। ਹਾਂਜੀ ਹਾਂਜੀ, ਠੀਕ ਹੈ। ਸੋ ਹੁਣ ਦੂਜੇ ਪਾਸੇ ਆਪਾਂ ਚੱਲਦੇ ਹਾਂ ਅੰਕਲ ਜੀ ਹੁਣਾਂ ਕੋਲੇ ਵੀ, ਜੋ ਮੁੰਡੇ ਦੇ, ਜਾਣੀ ਕਿ ਅਨਮਿਊਟ ਕਰ ਦਿਓ ਭਾਈ। ਠੀਕ ਹੈ, ਤੇ ਸਤਿ ਸ਼੍ਰੀ ਅਕਾਲ ਅੰਕਲ ਜੀ, ਕੀ ਹਾਲ ਚਾਲ ਨੇ ਤੁਹਾਡੇ, ਤੇ ਉਮੀਦ ਕਰਦਾ ਠੀਕ ਠਾਕ ਹੋਵੋਗੇ ਤੁਸੀਂ? ਹਾਂਜੀ, ਹਾਲ ਤੁਸੀਂ ਪਰਮਾਤਮਾ ਕਿੰਨੀਆਂ ਬਹੁਤ ਸੋਹਣੇ ਜੀ। ਹਰ ਰੋਜ਼ ਜਿਹੜੇ ਦਿਮਾਗ ਟੈਂਸ਼ਨ ਸੀ ਜੀ, ਅੱਜ ਟੈਂਸ਼ਨ ਮੇਰੀ ਦੂਰ ਹੋ ਗਈ। ਵੱਡੀ ਛੋਟਾ ਛੋਟਾ ਜੀ ਅਸੀਂ ਕੀਤਾ, ਦੇ ਹੀ ਨਹੀਂ ਸਕਦੇ ਸਭ, ਮੈਨੂੰ ਤਾਂ ਬਿਲਕੁਲ ਸ਼ਬਦ ਹੀ ਨਹੀਂ ਆਈ ਜਿਹੜਾ ਤੁਹਾਨੂੰ ਮੈਂ ਕਹਿ ਸਕਾਂ ਵੀ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਬਹੁਤ ਬਹੁਤ ਤੁਹਾਡਾ ਮੁਬਾਰਕਾਂ ਜੀ। ਮੈਨੂੰ ਰੋਜ਼ ਇਹ ਰਹਿੰਦਾ ਸੀ, ਮੈਨੂੰ ਚਾਹੇ ਪਿੰਡ 'ਚ ਰਹਿਣਾ ਤੋਂ ਭਰੋਸਾ ਪਿਆ ਸੀ, ਮੇਰੇ ਕਾਕੇ ਦਾ ਕਹਿੰਦਾ ਸੀ ਬੀਜਾ ਆ ਗਿਆ, ਤੂੰ ਤੋੜਦਾ ਤਾਂ ਨਹੀਂ ਗਾ। ਜਿਹੜੇ ਅੱਜ ਮੈਂ ਪਰਮਾਤਮਾ ਕਰਨੀ ਸੁਣਦਾ, ਮੈਂ ਧੰਨਵਾਦ ਕਰਦਾ ਅਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ, ਅਤੇ ਬਹੁਤ ਵਧੀਆ ਹੋ ਗਿਆ ਜੀ। ਤੇ ਅੰਕਲ ਇੱਕ ਸਵਾਲ ਹੈ ਕਿ $3,000 ਸਾਨੂੰ ਤੁਸੀਂ ਦੇ ਦਿੱਤੇ ਆ ਇੰਡੀਆ ਦੇ ਵਿੱਚ, ਜਿਵੇਂ ਕਿ ਫ੍ਰੀ ਦੇ ਵਿੱਚ ਏਜੰਟ ਬੈਠੇ ਆ, ਠੀਕ ਹੈ, ਆਪਣੀ ਕਈ ਵਾਰ ਗੱਲ ਵੀ ਹੋਈ ਆ, ਤੇ ਤੁਸੀਂ ਕੋਈ ਏਦਾਂ ਦੀ ਗੱਲ ਯਾਦ ਕਰਦੇ ਹੋਵੋਗੇ ਵੀ ਜਿਹੜੀ ਆਪਣੀ ਹੋਈ ਹੋਵੇ, ਤੇ ਸਾਡੇ ਵੱਲੋਂ ਇਹ ਕਿਹਾ ਹੋਵੇ ਵੀ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ, ਅਸੀਂ ਕਰ ਦਿਆਂਗੇ, ਕੋਈ ਏਦਾਂ ਦੀਆਂ ਗੱਲਾਂ ਬਾਤਾਂ? ਨਾ ਜੀ ਨਾ ਜੀ ਨਾ ਜੀ ਨਾ, ਇਹ ਤਾਂ ਜੀ ਸਾਡੇ ਨਾਂ ਤਾਂ ਸਾਨੂੰ ਤਾਂ ਜੀ ਗੱਲ ਇੱਕ ਆ, ਸਾਡਾ ਵੱਡੀ ਗੱਲ ਤੁਸੀਂ ਸਾਡੇ ਗ੍ਰਜੈਂਟ ਆ ਜਿਹੜਾ ਬੈਠਾ ਮੁੰਡਾ ਮੇਰਾ ਜੀ, ਇਹਦਾ ਮੈਂ ਕਹਿੰਦਾ ਇਹਦਾ ਵੱਡੇ ਦਾ ਇਹਦਾ ਅਸੀਂ ਕੀਤਾ, ਇਹਨੇ ਤੁਹਾਨੂੰ ਦੇਖਿਆ ਕਿਵੇਂ ਕਰਿਆ ਕਿਵੇਂ ਨਾ ਕਰਿਆ, ਇਹ ਨਾ ਕਰਿਆ ਜੀ। ਬਾਕੀ ਤੁਹਾਡੇ ਨਾਲ ਗੱਲ ਵੀ ਨਹੀਂ ਕਦੇ ਹੋਈ ਕਦੇ ਵੀ, ਇੱਕ ਦੋ ਵਾਰੀ ਹੋਈ ਆ, ਤੁਸੀਂ ਮਤਲਬ ਇਹ ਕਿਹਾ ਵੀ ਕੋਈ ਗੱਲ ਨਹੀਂ ਵੀ ਭਾਈ ਠੰਡੇ ਚੱਲੋ ਜੀ। ਠੀਕ ਹੈ ਜੀ, ਆਹ ਤੁਹਾਡੇ ਜਾਣੀ ਕਿ ਪਾਸਪੋਰਟ ਰਿਕੁਐਸਟ ਆਈ ਆ, ਠੀਕ ਹੈ, ਤੇ ਦੇਖ ਲਓ ਭਾਈ ਜਗਦੀਪ ਸਿੰਘ, ਠੀਕ ਹੈ, ਵੀ ਇਹ ਤੇਰਾ ਹੀ ਆ, ਠੀਕ ਹੈ, ਸਾਰਾ ਕੁਛ ਮੈਂ ਰੀਜ਼ਨਸ ਕਰਕੇ ਮੈਂ ਇਸ ਚੀਜ਼ ਨੂੰ ਜਾਣੀ ਕਿ ਹਾਈਡ ਕੀਤਾ ਹੋਇਆ ਸੀਗਾ। ਠੀਕ ਹੈ, ਇਹ ਤੁਹਾਨੂੰ ਓਰਿਜਨਲ ਪਾਸਪੋਰਟ ਰਿਕੁਐਸਟ ਸਾਡੇ ਵੱਲੋਂ ਤੁਹਾਨੂੰ ਮੇਲ 'ਤੇ ਵੀ ਮਿਲ ਜੂਗੀ, ਵਟਸਐਪ 'ਤੇ ਵੀ ਤੁਹਾਡੇ 'ਤੇ ਮਿਲ ਜੂਗੀ। ਥੋੜ੍ਹੀ ਕਿਰਪਾ ਲਾਈ ਜੀ ਇਹ ਗੁਰਜੰਟ ਸਿੰਘ ਨੇ ਹੁਣ ਕਹਿਣਾ ਜੀ ਮੈਨੂੰ ਕਿਹਾ ਡੈਡੀ, ਮੈਂ ਕਹਿਣਾ ਕੋਈ ਗੱਲ ਗੁਰਜੰਟ ਅੰਕਲ ਨੇ ਬਹੁਤ ਟਾਈਮ ਲੱਗਦਾ, ਪਰ ਟਾਈਮ ਲੱਗਿਆ, ਟਾਈਮ ਲੱਗਣ ਨਾਲ ਸਾਡਾ ਫਾਇਦਾ ਹੋਇਆ ਜੀ। ਟਾਈਮ ਜੇ ਠੰਡੇ ਦਿਮਾਗਾਂ ਚੱਲੇ ਜੀ, ਸਾਨੂੰ ਜੀ ਬਹੁਤ ਮੌਕਾ ਮਿਲਿਆ ਚੋਂ। ਨਹੀਂ, ਤੁਸੀਂ ਹਮੇਸ਼ਾ ਇੱਕ ਗੱਲ ਕਹਿੰਦੇ ਸੀ ਇਹ ਵੀ ਕੋਈ ਨਾ ਭਾਈ ਤੁਸੀਂ ਟਾਈਮ ਲੈ ਲਓ ਪਰ ਸਾਡਾ ਕੰਮ ਹੋ ਜੇ। ਹਾਂਜੀ 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 ਹਾਂਜੀ, ਠੀਕ ਹੈ ਅੰਕਲ। ਇੱਕ ਹੋਰ ਸਵਾਲ ਹੈ ਕਿ $3,000 ਸਾਨੂੰ ਦਿੰਦੇ ਹੋਏ ਤੁਹਾਨੂੰ ਐਂ ਕਦੀ ਫੀਲ ਨਹੀਂ ਹੋਇਆ, ਆਪਾਂ ਕੁੜੀ ਤੋਂ ਪੁੱਛ ਲੈਂਦੇ ਹਾਂ ਕਿ ਉਹਨੇ ਪੈਸੇ ਦਿੱਤੇ ਆ ਸਾਨੂੰ, ਅਤੇ ਕੁੜੀ ਜਸਪ੍ਰੀਤ ਕੌਰ ਦੱਸ ਵੀ ਤੈਨੂੰ $3,000 ਸਾਨੂੰ ਦਿੰਦਿਆਂ ਕਦੀ ਫੀਲ ਨਹੀਂ ਹੋਇਆ ਵੀ ਸਾਡੀ ਫੀਸ ਪਹਿਲਾਂ ਐਡਵਾਂਸ ਅਸੀਂ ਲੈਂਦੇ ਹਾਂ? ਨਹੀਂ ਸਰ, ਤੁਸੀਂ ਇੱਦਾਂ ਸੀਗਾ ਵੀ ਤੁਸੀਂ ਕਿਹਾ ਸੀਗਾ ਵੀ ਚਲੋ ਫੀਸ ਦਾ ਤਾਂ ਕੋਈ ਨਹੀਂ ਹੈਗਾ, ਤੁਸੀਂ ਇੰਨਾ ਤਸੱਲੀ ਕਹੀ ਸੀ ਵੀ ਹਾਂ ਜੇ ਹੌਲੀ ਹੌਲੀ ਕਰਾਂਗੇ ਤਾਂ ਵੀ ਤੁਹਾਡੇ ਤੇਰੇ ਘਰ ਵਾਲੇ ਨੂੰ ਕੈਨੇਡਾ ਪਹੁੰਚਾ ਦਾਂਗੇ, ਉਹ ਤੁਸੀਂ ਕਰਤਾ ਆ। ਉਹੀ ਗੱਲ ਆ ਨਾ, ਕਿਉਂਕਿ ਮੇਨ ਗੱਲ ਇੱਥੇ ਆ ਜਾਂਦੀ ਹੈ ਕਿ ਜਸਪ੍ਰੀਤ, ਇੱਕ ਹੋਰ ਚੀਜ਼ ਤੁਸੀਂ ਦੇਖੀ ਹੋਣੀ ਹੈ ਕਿ ਆਲਵੇਜ਼ ਅਸੀਂ ਤੁਹਾਨੂੰ ਫਾਈਲ ਦਿੱਤੀ ਆ ਜਾਂ ਨਹੀਂ ਦਿੱਤੀ, ਤੁਹਾਨੂੰ ਪਤਾ ਕਿ ਤੁਹਾਡੀ ਫਾਈਲ ਰੀਪ੍ਰਜੈਂਟ ਕਿੱਥੋਂ ਹੋ ਰਹੀ ਆ, ਕਿਹੜੇ RCIC ਤੋਂ ਹੋ ਰਹੀ ਆ,
ਕਿਹੜੇ ਆਫਿਸ ਤੋਂ ਹੋ ਰਹੀ ਹੈ ਇਹ ਤੁਹਾਨੂੰ ਪਤਾ ਸੀ ਜਾਂ ਨਹੀਂ ਪਤਾ ਸੀ? ਹਾਂਜੀ, ਤੁਸੀਂ ਜਿੱਦਾਂ ਵੀ ਆਪਾਂ ਸਾਰੀ ਫਾਈਲ ਤਿਆਰ ਕੀਤੀ ਹੈ, ਜਦੋਂ ਤੁਸੀਂ ਸਬਮਿਟ ਕਰਨ ਤੋਂ ਪਹਿਲਾਂ ਤੁਸੀਂ ਸਾਨੂੰ ਸਾਰਾ ਕੁਝ ਚੈੱਕ ਕਰਵਾਇਆ ਵੀ ਕਿੱਦਾਂ ਆਪਾਂ ਕਰਨਾ ਆ, ਤੁਸੀਂ ਸਾਰਾ ਕੁਝ ਭੇਜਿਆ ਸੀ ਉਹ ਤੋਂ ਪਹਿਲਾਂ। ਤੇ ਜਸਪ੍ਰੀਤ, ਇੱਕ ਹੋਰ ਸਵਾਲ ਤੇਰੇ ਤੋਂ ਆ ਕਿ ਕਰੰਟ ਤੇਰਾ ਕੈਨੇਡਾ ਦੇ ਵਿੱਚ ਸਟੇਟਸ ਕੀ ਹੈ? ਤੁਸੀਂ ਵਰਕ ਪਰਮਿਟ ਹੋ, ਪੀਆਰ ਆ ਜਾਂ ਸਟੱਡੀ ਪਰਮਿਟ ਤੇ ਹੋ, ਤੇ ਕਿੱਥੇ ਜੌਬ ਕਰ ਰਹੇ ਹੋ ਤੁਸੀਂ? ਸਰ, ਮੈਂ ਹੁਣ ਵਰਕ ਪਰਮਿਟ ਤੇ ਆ ਗਈ, ਮਤਲਬ ਮੈਨੂੰ 6 ਮਹੀਨੇ ਹੋਇਆ ਵਰਕ ਪਰਮਿਟ ਤੇ ਹੋਏ ਨੂੰ, ਤੇ ਮੈਂ ਏਐਨਡਬਲਯੂ ਕੰਮ ਕਰਦੀ ਹਾਂ। ਇੱਕ ਜਸਪ੍ਰੀਤ ਹੋਰ ਸਵਾਲ ਹੈ ਕਿ ਪਹਿਲੀ ਫਾਈਲ ਜਿਹੜੀ ਤੁਹਾਡੀ ਲੱਗੀ ਆ ਤੇ ਹੁਣ ਫਾਈਲ ਲਾਈ ਆ ਅਸੀਂ, ਉਹਦੇ ਵਿੱਚ ਤੁਹਾਨੂੰ ਕੀ ਫਰਕ ਲੱਗਿਆ? ਸਰ, ਜਿਹੜੀ ਪਹਿਲਾਂ ਫਾਈਲ ਲਾਈ ਸੀ ਉਹਦੇ ਵਿੱਚ ਜਿੱਦਾਂ ਮੈਂ ਪਹਿਲਾਂ ਸਟੂਡੈਂਟ ਸੀਗੀ, ਮੇਰੀ ਸਟੱਡੀ ਚੱਲਦੀ ਸੀਗੀ, ਤੇ ਉਦੋਂ ਫਿਰ ਉਹ ਆਪਾਂ ਇੰਡੀਆ ਤੋਂ ਹੀ ਲਵਾਈ ਸੀਗੀ ਜਿੱਦਾਂ ਏਜੰਟ ਤੋਂ, ਤੇ ਉਹਨਾਂ ਨੇ ਮਤਲਬ ਜੋ ਜੋ ਸਾਨੂੰ ਪੇਪਰ ਦਿੱਤੇ ਕਾਲਜ ਵੱਲੋਂ, 2-4 ਪੇਪਰ ਉਹ ਸੀਗੇ, ਤੇ ਬਾਕੀ ਉਹਨਾਂ ਨੇ ਆਪਣੇ ਵੱਲੋਂ ਕਹਿਤਾ ਸੀ ਵੀ ਮੈਨੂੰ ਮਤਲਬ ਉੱਕੇ ਫੁੱਕੇ ਪੈਸੇ ਦੇ ਦਿਓ, ਬਾਕੀ ਮੈਂ ਸਭ ਆਪੇ ਕਰ ਲੂੰਗੀ, ਤੇ ਫਿਰ ਉਹਨਾਂ ਨੇ ਓਦਾਂ ਹੀ ਫਿਰ ਦੇਤਾ ਰਿਜ਼ਲਟ ਵੀ ਉਵੇਂ ਹੀ ਦਿੱਤਾ ਆ, ਵੀ ਉੱਕਾ ਫੁੱਕਾ ਹੀ ਦੇਤਾ ਸੀਗਾ। ਤੇ ਪਰ ਤੁਸੀਂ ਸਾਨੂੰ ਨਾਲੇ ਸਾਰੀ ਕਲੀਅਰ ਗੱਲ ਵੀ ਦੱਸੀ ਵੀ ਆਪਾਂ ਏਦਾਂ ਏਦਾਂ ਕਰਨਾ ਆ, ਆਹ ਪੇਪਰ ਚਾਹੀਦਾ, ਤੇ ਆਪਾਂ ਹੱਥੀ ਸਾਰੇ ਤਿਆਰ ਕੀਤੇ ਨੇਗੇ। ਪਹਿਲਾਂ ਨਾਲੋਂ ਕਾਫੀ ਫਰਕ ਸੀ, ਤੇ ਨਾਲੇ ਹੁਣ ਫਾਈਲ ਸਟਰੋਂਗ ਸੀਗੀ ਆਪਣੀ। ਠੀਕ ਹੈ, ਠੀਕ ਹੈ। ਤੇ ਜਸਪ੍ਰੀਤ, ਇੱਕ ਹੋਰ ਸਵਾਲ ਹੈ ਕਿ ਜਿਹੜੀਆਂ GCQ ਤੋਂ ਫਾਈਲਾਂ ਲੱਗਦੀਆਂ ਜਾਂ ਜਿਹੜੀਆਂ ਇੱਕ RCIC ਦੇ ਪੋਰਟਲ ਤੋਂ ਫਾਈਲਾਂ ਲੱਗਦੀਆਂ, ਯਾਨੀ ਕਿ ਜਿਹੜਾ ਸਾਡਾ ਪੋਰਟਲ ਆ, ਇਸ ਟਾਈਮ ਤੁਹਾਨੂੰ ਕੀ ਕੁਛ ਜ਼ਿਆਦਾ ਦੇਖਣ ਨੂੰ ਮਿਲਿਆ? ਕਿ ਫਾਈਲਾਂ ਤੁਹਾਡੀਆਂ ਫੋਟੋਆਂ ਜ਼ਿਆਦਾ ਲੱਗੀਆਂ ਜਾਂ ਡਾਕੂਮੈਂਟਸ ਤੁਹਾਡੇ ਕਲੀਅਰ ਲੱਗੇ ਆ ਜਾਂ ਜ਼ਿਆਦੀਆਂ ਫਾਈਲਾਂ ਲੱਗੀਆਂ ਇਸ ਟਾਈਮ, ਜ਼ਿਆਦਾ ਡਾਕੂਮੈਂਟਸ ਲੱਗੇ? ਸਰ, ਜਿੱਦਾਂ ਪਹਿਲਾਂ ਫਾਈਲ ਆਈ ਸੀਗੀ ਉਹਦੇ ਵਿੱਚ ਸਾਨੂੰ ਇੱਦਾਂ ਕੁਛ ਕਲੀਅਰ ਵੀ ਨਹੀਂ ਸੀਗਾ ਵੀ ਸਾਡਾ ਕੀ ਉਹਨਾਂ ਨੇ ਮਤਲਬ ਸਾਡਾ ਰਿਲੇਸ਼ਨ ਕਿੱਦਾਂ ਸ਼ੋ ਕੀਤਾ ਆ, ਜਾਂ ਮਤਲਬ ਸਾਡਾ ਵਿਆਹ ਕਿੱਦਾਂ ਸ਼ੋ ਕੀਤਾ ਆ, ਕੀ ਕੀਤਾ। ਬਟ ਹੁਣ ਵਾਲੀ ਫਾਈਲ 'ਚ ਸੀਗਾ ਵੀ ਜਿੱਦਾਂ ਆਪਾਂ ਸਾਰੇ ਰੀਤੀ ਰਿਵਾਜ ਵਿਆਹ ਦੇ ਵੀ, ਹਾਂ ਸਾਡਾ ਵਿਆਹ ਜੈਨੂਇਨ ਆਗਾ ਵੀ ਕਿੱਦਾਂ ਹੋਇਆ, ਅਸੀਂ ਪਹਿਲਾਂ ਵੀ ਇਕੱਠੇ ਰਹੇ ਹਾਂ, ਇੰਡੀਆ ਵਿੱਚ ਮੈਂ ਰਹਿ ਕੇ ਆਈ ਹਾਂ ਫਿਰ ਇੱਥੇ ਆਈ ਹਾਂ, ਵੀ ਉਹ ਆਪਾਂ ਸਾਰਾ ਕਲੀਅਰਲੀ ਉਹਨਾਂ ਨੂੰ ਦੱਸਿਆ, ਵਿੱਚ ਕੋਈ ਵੀ ਆਪਾਂ ਕਹਿ ਦਿੰਦੇ ਹਾਂ 2 ਨੰਬਰ ਦਾ ਕੰਮ ਨਹੀਂ ਹੈਗਾ, ਵੀ ਆਪਾਂ ਸਾਰਾ ਉਹਨਾਂ ਨੂੰ ਜੈਨੂਇਨ ਦੱਸਿਆ ਤੇ ਫਿਰ ਆਪਾਂ ਨੂੰ ਸਾਰਾ ਹੋਇਆ ਆ। ਪੈਸੇ ਦੇਣ ਤੋਂ ਬਾਅਦ ਤੁਸੀਂ ਸਾਡੇ ਨਾਲ 2022 ਦੇ ਵਿੱਚ ਸਾਈਨ ਹੋਏ ਸੀ, ਗੁਰਜੰਟ ਸਿੰਘ ਤੁਹਾਡੇ ਦਿਓਰ ਆ ਜਿਹੜੇ ਅੱਜ ਬੈਠੇ ਆ ਇੱਕ ਸਾਈਡ ਤੇ, ਤੇ ਇਹਨੇ ਵੀ ਬਹੁਤ ਅੱਤ ਚੱਕੀ, ਇਹਨੇ ਬਹੁਤ ਸਾਡੀ ਜਾਨ ਖਾਧੀ, ਇਹਨੇ ਮੈਂ ਕਹਿੰਦਾ ਵੀ ਲਾਈਵ ਇਹਨੇ ਆਉਣ ਨਹੀਂ ਦੇਣਾ, ਇਹਨੇ ਕਹਿਣਾ ਵੀ ਪਿੰਨੀਆਂ ਤਿਆਰ ਬਰ ਤਿਆਰ ਪਈਆਂ ਭਾਜੀ, ਬਸ ਤੁਸੀਂ ਵੀਜ਼ਾ ਲੈ ਕੇ ਆਓ, ਪਿੰਨੀਆਂ ਤੁਹਾਡੇ ਤੱਕ ਪਹੁੰਚ ਜਾਣੀਆਂ। ਸੋ 2022 ਦੇ ਵਿੱਚ ਆਪਾਂ ਸਾਈਨ ਕੀਤਾ, ਦੈਟ ਟਾਈਮ ਤੁਹਾਡੇ ਤੋਂ ਫੀਸ ਲਈ, ਤਾਂ ਤੁਹਾਨੂੰ ਇੰਨਾ ਟਾਈਮ ਲੱਗਿਆ, ਕਿੰਨਾ ਟਾਈਮ ਲੱਗ ਗਿਆ? ਹੁਣ ਮੈਂ ਆਪਦੇ ਮੂੰਹੋਂ ਚੰਗਾ ਲੱਗਦਾ ਵੀ ਇੰਨਾ ਟਾਈਮ ਲੱਗ ਗਿਆ, ਹੁਣ ਤੁਸੀਂ ਦੱਸ ਦਿਓ ਵੀ ਪੈਸੇ ਦੇਣ ਤੋਂ ਬਾਅਦ ਅਸੀਂ ਤਾਂ ਮਿਲਣ ਤਾਂ ਭੁੱਲ ਜਾਂਦੇ ਹਾਂ ਸਾਰਿਆਂ ਨੂੰ। ਨਹੀਂ ਸਰ, ਚਲੋ ਟਾਈਮ ਤਾਂ ਤੁਸੀਂ ਪਹਿਲਾਂ ਹੀ ਕਿਹਾ ਸੀ ਵੀ ਆਪਾਂ ਹੌਲੀ ਹੌਲੀ ਕਰਾਂਗੇ ਤਾਂ ਵੀ ਹੋ ਜਾਊਗਾ, ਤੇ ਟਾਈਮ ਤਾਂ ਚਲੋ ਥੋੜਾ ਲੱਗਦਾ ਹੀ ਆਗਾ, ਬਸ ਇੰਨਾ ਸੀਗਾ ਵੀ ਵੀਜ਼ਾ ਆ ਜਾਵੇ, ਉਹ ਆ ਗਿਆ ਆ। ਠੀਕ ਹੈ, ਸੋ ਮੁੱਖ ਦੀ ਗੱਲ ਕਹਿੰਦੇ ਵੀਜ਼ੇ ਦੀ ਸੀ, ਤੇ ਬਾਕੀ ਕੁੜੀ ਹੈ ਤੇਰਾ ਘਰ ਵਾਲਾ ਬੜਾ ਸ਼ਾਂਤ ਆ ਵਿਚਾਰਾ, ਭੋਲਾ ਜਿਹਾ ਬੰਦਾ, ਉਹ ਤੇ ਗੱਲ ਹੀ ਖਤਮ ਕਰਤੀ ਵੀ ਕੋਈ ਨਾ ਹੋ ਜਾਊਗਾ, ਠੀਕ ਹੈ। ਮੈਂ ਬਾਕੀ ਮੈਂ ਤੁਹਾਡੀ ਫੈਮਿਲੀ ਨੂੰ, ਤੇਰੀ ਫੈਮਿਲੀ ਨੂੰ ਵੀ ਵਧਾਈਆਂ ਦੇਣਾ, ਤੇ ਇਸ ਫੈਮਿਲੀ ਨੂੰ ਵੀ ਮੈਂ ਵਧਾਈਆਂ ਦੇਣਾ, ਠੀਕ ਹੈ, ਵੀ ਜਿਨ੍ਹਾਂ ਨੇ ਸਾਡੇ 'ਤੇ ਯਕੀਨ ਕੀਤਾ। ਪਰ ਜਸਪ੍ਰੀਤ, ਇੱਥੇ ਇੱਕ ਚੀਜ਼ ਹੋਰ ਆ, ਅਤੇ ਅੰਕਲ ਜੀ ਮੈਂ ਤੁਹਾਡੇ ਤੋਂ ਵੀ ਇੱਕ ਗੱਲ ਹੋਰ ਪੁੱਛਣੀ ਚਾਹੂੰਗਾ ਇੱਥੇ। ਜਸਪ੍ਰੀਤ, ਮੈਂ ਤੈਨੂੰ ਰੋਕਣਾ ਚਾਹੂੰਗਾ, ਮਿਊਟ ਕਰਨਾ ਚਾਹੂੰਗਾ। ਅੰਕਲ, ਤੁਹਾਡੇ ਤੋਂ ਇੱਕ ਸਵਾਲ ਹੈ ਕਿ ਤੁਸੀਂ ਲਗਭਗ 1.5-2.75 ਦੇ ਨੇੜੇ ਸਾਨੂੰ ਦਾਨ ਕਰ ਚੁੱਕੇ ਹੋ, ਦੇ ਚੁੱਕੇ ਹੋ, ਤੁਹਾਨੂੰ ਕਦੀ ਐਂ ਨਹੀਂ ਮਹਿਸੂਸ ਹੋਇਆ ਵੀ ਏਜੰਟ ਦੇ ਨਾਲ ਮਿਲੇ ਨਹੀਂ, ਕਿਤੇ ਜਾ ਕੇ ਅਸੀਂ ਗੱਲਬਾਤ ਨਹੀਂ ਕੀਤੀ, ਇੱਦਾਂ ਦੀਆਂ ਚੀਜ਼ਾਂ ਨਹੀਂ ਮਹਿਸੂਸ ਹੋਈਆਂ ਤੁਹਾਨੂੰ? ਨਹੀਂ, ਸਾਨੂੰ ਮਹਿਸੂਸ ਜੀ ਹੋਇਆ ਹੀ ਨਹੀਂ, ਮਹਿਸੂਸ ਹੋਣ ਨਹੀਂ ਹੋਇਆ ਜੀ। ਤੁਹਾਡੇ ਆਪਣੇ ਜਿਹੜੇ ਤੁਸੀਂ ਗੱਲਾਂ ਕਰਦੇ ਸੀ ਸਾਨੂੰ ਜੀ, ਪਹਿਲਾਂ ਤੁਹਾਡੇ ਵੀਜ਼ੇ 1-2 ਜਿਹੜੇ ਲੱਗੇ ਨੇ ਸਾਨੂੰ, ਕਿਉਂ ਜਿੰਨੇ ਵੀ ਵੀਜ਼ੇ ਪਰਮਾਤਮਾ ਨੇ ਤੁਹਾਡੇ 'ਤੇ ਮਿਹਰ ਹੋਈ ਆ, ਕੋਈ ਸਾਨੂੰ ਅੱਜ ਤੱਕ ਇਹ ਨਹੀਂ ਲੱਗਿਆ ਵੀ ਤੁਹਾਡੀ ਫਿਊਲ ਆਈ ਆ, ਹਰੇਕ ਵੀਜ਼ੇ ਹਰ ਰੋਜ਼ ਤੁਹਾਡਾ ਵੀਜ਼ਾ ਕੋਈ ਨਾ ਕੋਈ ਸਾਨੂੰ ਮਿਲਦਾ ਸੀ, ਸਾਨੂੰ ਦੇਖ ਕੇ ਉਹ 'ਚੋਂ ਹੁੰਦਾ ਸੀ ਵੀ ਸਾਨੂੰ ਵੀ ਵੀਜ਼ਾ ਪਰਮਾਤਮਾ ਕਿਉਂ ਮਿਲੂਗਾ। ਬਾਕੀ ਅੰਕਲ, ਇੱਕ ਚੀਜ਼ ਹੋਰ ਹੈ ਕਿ ਕਦੀ ਤੁਹਾਨੂੰ ਐਂ ਨਹੀਂ ਮਹਿਸੂਸ ਹੋਇਆ ਵੀ ਇੰਡੀਆ 'ਚ ਆਪਾਂ ਰਾਹ ਜਾਂਦੇ ਹਾਂ, ਠੀਕ ਹੈ, ਸਾਰੀਆਂ ਚੀਜ਼ਾਂ ਇੱਥੇ ਪਈਆਂ, ਐਡੇ ਵੱਡੇ ਵੱਡੇ ਆਫਿਸ ਖੋਲ੍ਹੇ ਆ, ਠੀਕ ਹੈ, ਪਰ ਸਾਡੇ 'ਚ ਇਹੋ ਜਿਹਾ ਕੀ ਸੀ ਵੀ ਜਿਹੜਾ ਤੁਸੀਂ ਸਾਡੇ ਤੱਕ ਰੀਚ ਕੀਤਾ, ਸਾਡੇ ਤੱਕ ਗੁਰਜੰਟ ਸਿੰਘ ਹੋਣੀ ਪਹੁੰਚੇ ਆ, ਸੋ ਇੱਦਾਂ ਦਾ ਕੀ ਕਾਰਨ ਸੀ? ਦੇਖੋ ਜੀ, ਗੱਲ ਹੋਰ ਆ, ਖੋਲ੍ਹੇ ਤਾਂ ਹਾਥੀ ਬਹੁਤ ਵੱਡੇ ਹੁੰਦੇ ਆ, ਖਾਣੇ ਖਾਣ ਵਾਲੇ ਹੋਰ ਹੁੰਦੇ ਆ, ਉਹ ਗੱਲ ਆ, ਉਹ ਦਿਖਾਉਣ ਦੀਆਂ ਗੱਲਾਂ ਨਹੀਂ ਜੀ, ਤੁਹਾਡੀ ਗੱਲ 'ਚ ਦਾਵਾਂ। ਦੇਖੋ ਜਿਹੜੀ ਤੁਸੀਂ ਆ ਆਪਣੇ, ਚਲੋ ਵੈਸੇ ਚਲੋ ਜਿੰਨਾ ਕੁ ਮੇਰਾ ਦਿਮਾਗ ਆ ਬੁੱਧੀ ਆ, ਮੈਂ ਗੱਲ ਕਰਦਾ ਵੀ ਜਿਹੜੀ ਤੁਹਾਡੀ ਗੱਲ ਸੀ, ਗੱਲ 'ਚ ਦਾਮ ਸੀ। ਦੇਖੋ ਜਿਹੜੀਆਂ ਵੱਡੀਆਂ ਦੁਕਾਨਾਂ ਪਾਈ ਬੈਠੇ ਆ, ਉਹ ਸਾਨੂੰ ਤਾਂ ਉਹ ਤਾਂ ਉਹਨਾਂ 'ਤੇ ਬਹੁਤਾ ਕੁਝ ਚੰਗਾ ਲੱਗਿਆ ਨੀਗਾ, ਨਾ ਤੁਹਾਨੂੰ ਅਸੀਂ ਕਿਤੇ ਮਿਲੇ, ਤੁਹਾਡੀ ਗੱਲਾਂ ਜਿਹੜੀਆਂ 2-4 ਕੀਤੀਆਂ, ਮੈਂ ਤਾਂ ਤੁਹਾਡੇ ਨਾਲ ਕੀੜੇ ਮੇਰੀ ਗੱਲ ਹੋਈ, ਮੁੜ ਕੇ ਤਾਂ ਤੁਹਾਡੀ ਏਜੰਟ ਨਾਲ ਗੱਲ ਹੁੰਦੀ ਰਹੀ ਆ, ਮੈਂ ਜੇ ਦੱਸਦਾ ਸੀ ਏਜੰਟ ਵੀ ਕੋਈ ਗੱਲ ਨਹੀਂ ਵੀ ਤੂੰ ਠੰਡਾ ਚੱਲ ਥੋੜ੍ਹਾ ਜਿਹਾ, ਇਹ ਕਹਿੰਦਾ ਛੇਤੀ ਵੀ ਫੈਲ ਲਾਉਂਦਾ ਨਹੀਂ, ਹੈ ਨਹੀਂ ਅੰਕਲ, ਹੈ ਨਹੀਂ ਕਰਦਾ, ਪਰ ਉਹ ਗੱਲ
ਠੰਡੇ ਚੱਲੇ, ਸਾਨੂੰ ਉਹ 'ਚ ਕੋਈ ਬਹੁਤ ਮਿਲਿਆ। ਠੀਕ ਹੈ ਜੀ, ਠੀਕ ਹੈ, ਮੈਨੂੰ ਇਹ ਬਹੁਤ ਵਧੀਆ ਲੱਗਦਾ। ਅਤੇ ਮੈਂ ਇੱਕ ਚੀਜ਼ ਹੋਰ ਕਹਿਣਾ ਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਕੱਠੇ ਕਰਨ ਦਾ ਕਾਰਨ ਇਹ ਸੀ ਆ ਕਿ ਲੋਕਾਂ ਨੂੰ ਪਤਾ ਲੱਗੇ ਵੀ ਭਾਈ ਜਿਹਨੇ ਯਕੀਨ ਕਰਨਾ ਨਾ ਉਹਨੇ ਸਾਡੀ ਗੱਲ 'ਤੇ, ਸਾਡੇ ਬੋਲੇ 'ਤੇ ਯਕੀਨ ਕਰ ਲੈਣਾ। ਹੁਣ ਆਫਿਸ ਖੋਲ੍ਹਣ ਨੂੰ ਅਸੀਂ ਵੀ ਖੋਲ੍ਹ ਸਕਦੇ ਹਾਂ, ਸਾਡਾ RCIC ਹੈਗਾ, ਠੀਕ ਹੈ, ਗੁਰਬੀਰ ਸਿੰਘ ਤੁਹਾਡੇ ਸਾਹਮਣੇ ਬੈਠਾ, ਸਾਰੀਆਂ ਚੀਜ਼ਾਂ ਹੁੰਦੀਆਂ, ਠੀਕ ਹੈ, ਸਾਡੇ ਕੋਲ ਕਿਹੜਾ ਪੈਸੇ ਹੈ ਨਹੀਂ, ਸਾਰੀਆਂ ਚੀਜ਼ਾਂ ਹੈ, ਪਰ ਰੌਲਾ ਇਹ ਆ ਕਿ ਅਸੀਂ ਕੁੜੀਆਂ ਨੂੰ ਵਿੱਚ ਵਾੜਨਾ ਨਹੀਂ ਪਸੰਦ ਕਰਦੇ, ਸਟਾਫ ਨੂੰ ਵਿੱਚ ਵਾੜਨਾ ਨਹੀਂ ਪਸੰਦ ਕਰਦੇ, ਅਸੀਂ ਖੋਲ੍ਹਾਂ ਵੀ ਅਸੀਂ ਗੱਲ ਕਰੀਏ। ਹਾਂਜੀ ਹਾਂਜੀ, ਯਾਨੀ ਅਸੀਂ ਜੀ ਗੱਲ ਇਹ ਕਰਦੇ ਹਾਂ ਵੀ ਸਾਨੂੰ ਇਹ ਸੀ ਪਿੰਡ ਦੇ ਵਿੱਚ ਤਕਰੀਬਨ ਜਦੋਂ ਆਪਣੇ ਫਿਊਲ ਆਈ ਆ, ਉਦੋਂ ਬਾਅਦ 'ਚ ਸਾਨੂੰ ਕਹਿਣ ਲੱਗ ਗਏ ਸੀ ਕੀ ਗੱਲ ਇਹ ਇਹਦੇ ਨਾਲ ਦੇ ਮੁੰਡੇ ਚਲੇ ਗਏ, ਐਂ ਹੋ ਗਿਆ, ਵੋ ਹੋ ਗਿਆ। ਸਾਨੂੰ ਤਕਰੀਬਨ 1-2 ਮਹੀਨੇ ਹੋ ਗਏ ਸੀ, ਪਤਾ ਨਹੀਂ ਗਰਜੈਂਟ ਤੋਂ ਕਿਵੇਂ ਨਿਕਲਿਆ ਕਿਵੇਂ ਨਾ ਨਿਕਲਿਆ। ਪਿੰਡ ਦੇ ਵਿੱਚ ਇਹਨੇ ਕਹਿ ਤਾ ਸੀ ਅਸੀਂ ਆਲੂ ਬੀਜੇ ਦੀ, ਆਲੂ ਪੱਟਣ ਤੋਂ ਪਹਿਲਾਂ ਦੀ ਗੱਲ ਆ, ਇਹਨੇ ਗਰਜੈਂਟ ਨੇ ਕਿਤੇ ਕਹਿ ਤਾ, ਕੋਈ ਬਾਹਰ ਮੁੰਡਾ ਦਾ ਦੋਸਤ ਆ, ਇਹ ਕਹਿੰਦਾ ਵੀ ਇਹਨੇ 2 ਮਹੀਨੇ ਬਾਹਰ ਆ ਜਾਣਾ। ਉਹ ਜੀ ਦੇਖੋ ਜਿਹੜੀ ਗੱਲ ਇਹਨੇ ਕਹੀ ਸੀ, ਚੱਲ ਦੂਜਾ ਨਹੀਂ ਤੀਜਾ ਹੋ ਗਿਆ, ਅਸੀਂ ਜਾਣੀ ਹੁਣ ਵੀ ਸਾਨੂੰ ਕਹਿੰਦੇ ਸੀ ਲੋਕ ਵੀ ਇਹਨੇ ਜਾਣਾ। ਮੈਂ ਇਹਨੂੰ ਕਹਿਣਾ ਸੀ ਕਿ ਬਹਾਨਾ ਮਾਰਦਾ ਸੀ ਵੀ ਹਲੇ ਕੁਛ ਸਾਨੂੰ ਇਹ ਅਸੀਂ ਕੰਮ ਦੀ ਲੋੜ ਆ, ਆਲੂ ਪੱਟਣੇ ਆਊਗਾ, ਜਾਣੀ ਸਾਨੂੰ ਸਾਡੀ ਜਿਹੜੀ ਗੱਲ ਕਹੀ ਸੀ ਗਜੈਂਟ ਨੇ ਜਾਂ ਤੁਸੀਂ ਕਹੀ ਸੀ ਸਾਡੀ ਪੂਰੀ ਹੋ ਗਈ। ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਦੇਖੋ ਬਚੋ ਪ੍ਰਭ ਠੱਗਾ ਤੋਂ, ਵੀ ਦੇਖੋ ਤੁਸੀਂ ਜਿਹੜੀ ਗੱਲ ਕਹੀ, ਮੈਂ ਤਾਂ ਇਹਨੂੰ ਜੰਟ ਨਹੀਂ ਉੱਧਰ ਨਹੀਂ ਕਹਿੰਦਾ ਗਜੈਂਟ ਜੰਟ, ਵੀ ਠੰਡਾ ਚੱਲ ਕੋਈ ਗੱਲ ਨਹੀਂ, ਜੇ ਪਰਮਾਤਮਾ ਕਿ ਆਪਣਾ ਕੁਛ ਆਪਣੇ 1 ਨੰਬਰ ਦਾ ਪੈਸਾ ਵਾ, ਵੀ ਜੇ ਆਪਣਾ ਕੋਈ ਪਰਮਾਤਮਾ ਕਿ ਚੰਗਾ ਕੀਤਾ ਹੋਇਆ ਆਪਣਾ ਵੀ ਆਊਗਾ। ਦੇਖੋ ਤੁਹਾਡੇ ਨਾਲ ਗੱਲ ਕਿਹੜਾ ਕੀਤੀ, ਮੈਂ ਮੁੜ ਕੇ ਹੁਣ ਨਾ ਕੀਤੀ ਨਹੀਂ, ਮੈਂ ਉੱਧਰ ਨਹੀਂ ਦੱਸਦਾ ਜੀ ਮੈਂ ਏਜੰਟ, ਮੈਂ ਬਹੁਤੀ ਗੱਲ ਨਹੀਂ ਕਰਨੀ, ਠੀਕ ਆ, ਵੀ ਗੱਲ ਪਰਮਾਤਮਾ ਕਿੰਨੀ ਉੱਧਰ ਨਹੀਂ ਹੋਊ ਜਿੱਦਣ ਬੀਜਾ ਆਊਗਾ। ਅੱਜ ਅਸੀਂ ਇੰਨੇ ਖੁਸ਼ ਆ ਜਾਣੀ, ਸਾਨੂੰ ਮੈਨੂੰ ਘੱਟੋ ਘੱਟ ਤਕਰੀਬਨ 4 ਤਰੀਕ ਨੂੰ ਮੈਂ ਪਰਮਾਤਮਾ ਕਿੰਨੀ ਪਤਾ ਨਹੀਂ ਕਿਵੇਂ ਹੋਇਆ ਕੀ ਨਹੀਂ ਹੋਇਆ, ਸ਼ਾਮ ਨੂੰ ਬੈਠਿਆ ਸੀ, ਮੈਂ ਏਜੰਟ ਵੀ ਗੁਰੂ ਮਹਾਰਾਜ ਅਰਦਾਸ ਕਰਾਉਣੀ ਮੈਂ ਚਾਹੁੰਦਾ ਵਾਂ। ਮੈਂ ਗੁਰੂ ਘਰ ਗਿਆ, ਗੁਰੂ ਘਰੋਂ ਵੀ ਆਪਣੇ ਤਾਰ ਕੇ ਹੁਕਮ ਬਖਸ਼ਿਆ ਔਖੀ ਘੜੀਆਂ ਦੇਖਣ ਲਈ, ਮੈਂ ਉੱਧਰ ਨਹੀਂ ਕਹਿਤਾ, ਮੈਂ ਪ੍ਰਜੈਂਟ ਬਸ ਵੀ ਮਹਾਰਾਜ ਨੇ ਬੜਾ, ਮੈਂ ਕਹਿੰਦਾ ਪੁੱਛੋ ਨਾ ਜੀ, ਬਹੁਤ ਬਹੁਤ ਖੁਸ਼ ਹਾਂ, ਮਾਲਕ ਨਹੀਂ ਉਹ ਮੇਰਾ ਜਿਹੜਾ ਕੀ ਆਪਣੇ ਦੱਸਣਾ ਉਹਦੀ ਕਮਾਈ ਸੀ ਮੇਰੀ ਬਰਕਤ ਪੈ ਗਈ। ਮੈਂ ਕਿਹਾ ਜੀ ਜੋ ਵੀ ਕੰਮ ਕਰੂੰ ਮੈਂ ਤੁਹਾਨੂੰ ਪੁੱਛ ਕੇ ਕਰੂੰ, ਅੱਜ ਤੋਂ ਬਾਅਦ ਗਰਜੈਂਟ ਤਾਂ ਹੁਣ ਕਾਜ ਲਾਉਣੇ ਆ। ਮੈਂ ਕਿਹਾ ਤੁਹਾਨੂੰ ਕੀਤਾ ਦੇ ਹੀ ਸਕਦਾ ਜੀ, ਬਹੁਤ ਵਧੀਆ ਹੋ ਗਿਆ, ਮਾਲਕ ਤੁਹਾਨੂੰ ਉਮਰ ਲੰਬੀ ਬਖਸ਼ੇ, ਮਹਾਰਾਜ ਸੱਚੇ ਪਾਤਸ਼ਾਹ ਮੇਰੀ ਲਾਜ ਰੱਖੀ ਜੀ। ਨਹੀਂ ਨਹੀਂ ਬਸ ਅੰਕਲ ਕੋਈ ਨਾ, ਤੁਸੀਂ ਇੱਕ ਪਰਿਵਾਰ ਹੋ, ਠੀਕ ਹੈ, ਮਾਪੇ ਜਿਹਦੇ ਵੀ ਹੋਣ, ਮੇਰੇ ਹੋਣ ਜਾਂ ਇਹਨਾਂ ਦੇ ਹੋਣ, ਮਾਪਿਆਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਮਾਂ ਜਿੱਥੋਂ ਬੰਦੇ ਨੇ ਜਨਮ ਲੈਣਾ ਉਹ ਕੁੱਖ ਇੱਕ ਹੀ ਹੁੰਦੀ ਆ, ਠੀਕ ਹੈ, ਰਿਸ਼ਤੇ ਬਦਲ ਜਾਂਦੇ ਨੇ, ਸਾਰੀਆਂ ਚੀਜ਼ਾਂ ਆਪਾਂ ਬਦਲ ਲੈਂਦੇ ਹਾਂ, ਤੁਸੀਂ ਸਾਡੇ 'ਤੇ ਮਾਣ ਕਰਦੇ ਹੋ, ਠੀਕ ਹੈ, ਸਾਰੀਆਂ ਚੀਜ਼ਾਂ ਕਰਦੇ ਹੋ, ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਤੁਸੀਂ ਸਾਡੇ 'ਤੇ ਮਾਣ ਕਰਕੇ ਆਏ ਹੋ, ਠੀਕ ਹੈ, ਠੱਗਾਂ ਤੋਂ ਬਚ ਕੇ ਤੁਸੀਂ ਪਹਿਲੀ ਵਾਰ ਜਿਹੜਾ ਤੁਹਾਡੇ ਰਿਫਿਊਜ਼ਲ ਆਈ ਆ, ਦੂਜੀ ਵਾਰੀ ਤੁਸੀਂ, ਅੰਕਲ ਰੋਣਾ ਨਹੀਂ ਆ, ਰੋਣਾ ਤਾਂ ਹੁਣ ਕਹਿੰਦੇ ਵੀ ਉਦਣ ਖੁਸ਼ੀ ਨਾ, ਖੁਸ਼ੀ ਹੈ ਜੀ, ਖੁਸ਼ੀ ਹੈ ਜੀ, ਖੁਸ਼ੀ ਕਰਕੇ ਪਰਮਾਤਮਾ, ਚਲੋ ਜੀ ਗੱਲ ਜਿੰਨੀ ਕੁ ਮੈਂ ਉਹੀ ਕਹਿੰਦਾ ਵੀ ਜਿੰਨੀ ਕੁ ਬੁੱਧੀ ਆ। ਦੇਖੋ ਮੈਂ ਗੱਲ ਇਹ ਕਹਿੰਦਾ ਵੀ ਜਿੰਨੀ ਤੁਸੀਂ ਇਸ ਬੇੜੇ 'ਤੇ ਕੀਤਾ, ਪਰਮਾਤਮਾ ਤੁਹਾਨੂੰ ਇੰਨੀ ਮਹੱਤ ਰੱਖੀ ਬਖਸ਼ੇ ਨਾ, ਤੁਸੀਂ ਤੁਹਾਨੂੰ ਇੰਨੇ ਵਿਜੇ ਤੁਸੀਂ ਲਵਾਓ ਲੋਕਾਂ ਦੇ, ਤੁਹਾਨੂੰ ਲੋਕਾਂ ਨੂੰ ਲੋਕ ਤੁਹਾਨੂੰ ਮੁਬਾਰਕ ਦਿੰਦੇ ਰਹਿਣ, ਜਾਣੀ ਸਾਨੂੰ ਤਾਂ ਇਹ ਗੱਲ ਜਿੱਦਾਂ ਅਸੀਂ ਤੁਹਾਡੇ ਨਾਲ ਜੁੜੇ ਹਾਂ, ਸਾਨੂੰ ਕਦੇ ਅਸੀਂ ਇਹ ਨਹੀਂ ਦੇਖਿਆ ਵੀ ਕਿਸੇ ਦੀ ਵੀ ਲਾਈਏ ਕਿਸੇ ਦਾ ਵੀਜ਼ਾ ਰਿਜੈਕਟ ਹੋਇਆ, ਜਾਣੀ ਅਸੀਂ ਤਾਂ ਇਹ ਗੱਲ ਕਹਿੰਦੇ ਸੀ ਵੀ ਅੱਜ ਸਾਨੂੰ ਇਹ ਗੱਲ ਹੋ ਗਈ ਵੀ ਸਾਨੂੰ ਤਾਂ ਤੁਸੀਂ ਆਪ ਵੀ ਮਿਲ ਗਿਆ। ਨਹੀਂ ਨਹੀਂ ਰੱਬ ਵਾਲੀ ਤਾਂ ਕੋਈ ਗੱਲ ਨਹੀਂ, ਮੈਂ ਇੱਕ ਕਹਿੰਦੇ ਹੁੰਦੇ ਵੀ ਧੰਨ ਗੁਰੂ ਰਾਮਦਾਸ ਕਰਾਉਣ ਵਾਲੇ ਆ, ਟਾਲੀਆਣਾ ਸਾਹਿਬ ਮੈਂ ਰਾਏਕੋਟ ਕਾਫੀ ਟਾਈਮ ਰਿਹਾ, ਡਾਕਟਰ ਬੰਗਾਲ ਮੈਂ ਪੜ੍ਹ ਕੇ ਗਿਆ, ਮੈਂ ਇੱਥੋਂ ਹੀ ਮੈਂ ਸਟੱਡੀ ਕੀਤੀ ਆਪਦੀ, ਤੇ ਠੀਕ ਹੈ ਠੀਕ ਹੈ ਜੀ, ਬੜਾ ਹੈਰੀ ਢਾਬੇ ਵਾਲੇ ਜਿਹੜੇ ਹੈਗੇ ਉੱਥੋਂ ਬਹੁਤ ਕੁਛ, ਹਾਂਜੀ 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 ਹੈਗੀ, ਹਾਂਜੀ ਹਾਂਜੀ, ਠੀਕ ਹੈ, ਸੋ ਉੱਥੋਂ ਜਾਣੀ ਕਿ ਇੱਥੋਂ ਹੀ ਮੈਂ ਗਿਆ, ਠੀਕ ਹੈ, ਤੇ ਬਾਬੇ ਨੇ ਬਹੁਤ ਮਿਹਰ ਕੀਤੀ ਆ। ਸੋ ਹੁਣ ਆਪਾਂ ਇੱਕ ਗੱਲ ਕਰਦੇ ਹਾਂ ਕਿ ਲੋਕ ਕਹਿੰਦੇ ਵੀ 18-19 ਲੱਖ ਜਾਂ 10 ਲੱਖ ਫੰਡ ਹੋਣਾ ਚਾਹੀਦਾ, ਮੈਨੂੰ ਲੱਗਦਾ ਆਪਾਂ 4.5-4.5 ਦੇ ਨੇੜੇ ਦਿਖਾਇਆ ਸੀ ਹੈ ਨਾ ਫੰਡੇ, ਹਾਂਜੀ 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 ਹਾਂਜੀ, 5 ਲੱਖ ਰੁਪਏ, ਠੀਕ ਹੈ ਠੀਕ ਹੈ ਠੀਕ ਹੈ, ਤੇ ITR ਆਪਾਂ ਕਿੰਨੀਆਂ ਲਾਈਆਂ ਸੀਆਂ, 10 ਭਾਈ 2-2 ਸੀਗੇ ਮੇਰੇ ਖਿਆਲ ਦਾ ਜੀ। ਲੈ ਵੀ ਵੱਡੇ ਭਾਈ ਨੂੰ ਪਤਾ ਨਹੀਂ ਆ, ਛੋਟਾ ਭਾਈ ਦੱਸਣ ਦਿਆ, ਕਿਉਂਕਿ ਛੋਟੇ ਭਾਈ ਨੇ ਬਹੁਤ ਮਿਹਨਤ ਕੀਤੀ ਆ ਵੀ ਹੁਣ ਤੇ ਚਾਰ ਵਜੇ 5 ਵਜੇ ਮੈਂ ਦੇਖਣਾ ਵੀ ਮੈਨੂੰ ਕੋਈ ਮੈਸੇਜ ਆਇਆ ਜਾਂ ਕਾਲ ਆਈ, ਮੈਂ ਡੇਵੀ ਕਹਿਣਾ
ਤੇ ਫਿਰ ਮੈਂ ਮੈਸੇਜ ਕਰਨਾ, ਯਾਨੀ ਮੈਸੇਜ ਕਰਕੇ ਮੈਂ ਟਾਈਪ ਕਰਕੇ ਮੈਂ ਫੇਰ ਰੀਡ ਕਰ ਲੈਣਾ ਵਿੱਚ, ਨਹੀਂ ਹਜੇ ਕਹਿਣਾ ਨਹੀਂ ਕੁਛ, ਵੀ ਮੈਨੂੰ ਪਤਾ ਵੀ ਮੈਨੇ ਆਪੇ ਦੱਸ ਦੇਣਾ ਆਪਾਂ ਨੂੰ, ਤੇ ਯਾਨੀ ਕਿ ਮੈਨੂੰ ਐਂ ਹੁੰਦਾ ਸੀ ਵੀ ਕੋਈ ਨਹੀਂ। ਤੇ ਜਦੋਂ ਆਪਣੇ ਸੰਧੂ ਬੇਬੇ ਦਾ ਵੀਜ਼ਾ ਆਇਆ ਸੀ ਮੋਗੇ ਤੋਂ, ਮੈਂ ਕਿਹਾ ਲੈ ਵੀ ਹੁਣ ਇਹਦਾ ਵੀ ਆ ਗਿਆ, ਕੋਈ ਨਹੀਂ ਹੁਣ ਬਈ ਆਪਣਾ ਵੀ ਛੇਤੀ ਵਾਪਸ ਹੋਣ ਦੂਗਾ। ਤੇ ਅੱਜ ਯਾਨੀ ਕਿ ਮੇਰੀ ਉਹਦਾ ਗੱਲਬਾਤ ਹੋਈ ਸੀਗੀ, ਮੈਨੂੰ ਕਹਿੰਦਾ ਕੀ ਭਾਣ ਦਾ, ਮੈਂ ਕਿਹਾ ਵੀ ਹਜੇ ਵੀ ਜੋ ਕਹਿਤਾ ਮੈਂ ਵਾ ਇਹਦੀ ਵੀ ਤੁਹਾਨੂੰ ਪਤਾ ਹੀ ਆ ਵੀ ਆਪਣੀ ਫੈਲ ਲੱਗੀ ਆ ਇੱਥੋਂ। ਤੇ ਕਹਿੰਦਾ ਠੀਕ ਆ ਠੀਕ ਆ ਵੀ ਬਈ ਵਧੀਆ ਚਲੋ। ਤੇ ਉਸ ਤੋਂ ਬਾਅਦ ਅੱਜ ਕਹਿਤਾ ਹੋ ਗਈ ਥੋੜੀ ਸਾਡੀ ਮਹਾਰਾਜ ਅਸੀਂ ਤੇ ਕਿਰਪਾ ਕਾਹਦੀ ਕਰਨੀ, ਅਸੀਂ ਤੇ ਬਸ ਟਾਈਮ ਪਾਸ ਕਰੀ। ਮੈਂ ਹੀ ਹਜੇ ਡੈਡੀ ਮੈਨੂੰ ਕਹਿੰਦੇ ਤੂੰ ਆਪਦਾ ਪਤਾ ਕਰ ਲੈ ਵਿਸ਼ਟ ਵੀਜ਼ਾ, ਮੈਂ ਕਿਹਾ ਕੋਈ ਨੀ ਵੀ ਉਦੋਂ ਜਾ ਵੜੇ ਵੇ ਵੀ ਵਿਸ਼ਟ ਵੀਜ਼ਾ ਪਾ ਲਈ। ਨਹੀਂ ਕਿਰਪਾ ਹੈਗੀ ਜੀ, ਦੇਖੋ ਕਿਰਪਾ ਇੱਕ ਨਾ ਦੇਖੋ ਗੱਲ ਹੋ ਰਹੀ ਠੀਕ ਹੈ, ਤੁਸੀਂ ਕਿਹੜਾ ਸਾਨੂੰ ਮਿਲੇ ਵੱਡੀ ਤਾਂ ਇਹ ਆ ਵੀ ਕਿਰਪਾ ਇਹ ਆ ਬਈ ਨਹੀਂ ਜੰਟ ਆਪਦੀ ਫੀਸ ਲੈ ਲਈ, ਉਹਨੂੰ ਇਹ ਹੁੰਦਾ ਵੀ ਮੈਨੂੰ ਫੀਸ ਮਿਲ ਕਿਵੇਂ ਹੈ। ਤੁਸੀਂ ਜਾਣੀ ਉਹ ਗੱਲ ਆ ਵੀ ਜੀ ਇੱਕ ਮੈਂਬਰ ਵਾਲੀ ਗੱਲ ਕੀਤੀ ਘਰ ਦੇ, ਜੇ ਫਰਜ਼ ਕੀਤਾ ਜੇ ਆ ਇੰਨਾ ਟਾਈਮ ਲੱਗਿਆ ਤੁਸੀਂ ਇੱਕ ਮਿੰਟ ਮੇਰਾ ਸਾਡਾ ਇਕੱਲੇ ਦਾ ਨਹੀਂ, ਜਿੰਨਾ ਵੀ ਤੁਸੀਂ ਕੰਮ ਕੀ ਕਰਦੇ ਹੋ ਹਰ ਇੱਕ ਭੈਣ ਭਾਈ ਦਾ ਆਪਦਾ ਘਰ ਦਾ ਬਣਾਏ ਕੰਮ ਕਰਦੇ ਹੋ। ਸੋ ਇਹੀ ਚੀਜ਼ ਹੈ ਜੀ, ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਅੱਜ ਅਸੀਂ ਗੱਲ ਕਰੀ ਜਾਂਦੇ ਸੀਗੇ ਮੇਰੇ ਕੁਛ ਰਿਲੇਟਿਵ, ਚਲੋ ਗੱਲ ਲੰਮੀ ਹੋ ਜਾਣੀ ਆ, ਵੀ ਮੈਨੂੰ ਕਈ ਵਾਰ ਐਂ ਹੁੰਦਾ ਵੀ ਮੈਂ ਕਿਸੇ ਦਾ ਕੰਮ ਕਰਦਿਆਂ ਮੈਨੂੰ ਐਂ ਲੱਗਦਾ ਵੀ ਬਾਬਾ ਜਿੰਨੀਆਂ ਮੈਂ ਅਰਦਾਸਾਂ ਸਾਰਿਆਂ ਵਾਸਤੇ ਕਰਨ ਦਿਆਂ ਹੁੰਦਾ ਵੀ ਮਾਲਕਾ ਇੱਕ ਵਾਰੀ ਸੁਣ ਲਾ ਇਹਦਾ ਕਰਦੇ, ਫਿਰ ਨਹੀਂ ਮੈਂ ਤੈਨੂੰ ਕਹਿੰਦਾ, ਫਿਰ ਨਹੀਂ ਮੈਂ ਤੈਨੂੰ ਕਹਿੰਦਾ ਇਹਦਾ ਕਰਦੇ ਇੱਕ ਵਾਰੀ। ਸੋ ਐਂ ਕਰਦੇ ਕਰਦੇ ਬਾਬਾ ਦੂਜੀ ਵਾਰੀ ਫਿਰ ਕਹਿ ਦਿੰਦਾ ਵੀ ਮਾਲਕਾ ਤੂੰ ਯਾਰ ਤੂੰ ਨਹੀਂ ਸੁਣਦਾ ਕਿਸੇ ਦੀ, ਤੂੰ ਹਰੇਕ ਵਾਰੀ ਆ ਜਾਂਦਾ। ਬਸ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਪਰਿਵਾਰ ਮਾਂ ਪਿਓ ਜਿੱਦਣ ਖੁਸ਼ ਆ ਨਾ ਬਸ ਹੋਰ ਆਪਾਂ ਨੂੰ ਕੁਛ ਨਹੀਂ ਚਾਹੀਦਾ। ਦੇਖੋ ਅੱਜ ਅਸੀਂ ਸੁਣੋ ਹੀ ਕਹਿੰਦੇ ਅਸੀਂ ਅੱਜ ਹੀ ਬਸ ਵੱਜੇ ਆਏ ਸੀ 2 ਵਜੇ, ਅਸੀਂ 5 ਵਜੇ ਹਰਿਮੰਦਰ ਸਾਹਿਬ ਨਿਕਲ ਜਾਣਾ ਅੱਜ, ਅਸੀਂ ਵੱਡਾ ਦਾ ਹਰਿਮੰਦਰ ਸਾਹਿਬ ਜਾ ਕੇ ਉਹਦਾ ਧੰਨਵਾਦ ਕਰਕੇ ਆਉਣਾ ਆਪਣੇ ਬਾਬਾ ਰਾਮਦਾਸ ਜੀ ਦਾ ਸਾਡਾ ਜੀ ਉਹਨੇ। ਬਾਕੀ ਵੱਡੀ ਗੱਲ ਇਹ ਆ ਤੁਹਾਡੇ ਅਰਕੀ ਪਰਮਾਤਮਾ ਸਾਡਾ, ਜਿਵੇਂ ਤੁਸੀਂ ਸਾਡਾ ਵੀਜ਼ਾ ਲਵਾਇਆ ਸਾਡਾ ਗਾਹਾਂ ਵਾਸਤੇ ਪਰਮਾਤਮਾ ਤੁਹਾਡੇ ਅਰਕੀਆਂ ਦਾ ਜੀ ਆਪਣੇ, ਚਲੋ ਵੈਸੇ ਸਾਡੇ ਕੋਲ ਸ਼ਬਦ ਹੀ ਨਹੀਂ ਗਾ ਵੀ ਜੰਟ ਨਹੀਂ ਕਹਾਂਗੇ ਅਸੀਂ, ਭਰਾਈ ਕਹਾਂਗੇ ਆਪਦੇ ਜਾਣੀ ਚੱਲ ਮਿੱਤਰ ਕਹਾਂਗੇ। ਦੇਖੋ ਜਿਹੜਾ ਸਾਡਾ ਜੀ ਅੱਜ ਡਿਵਦੀ ਵੀਡੀਓ ਜੀ, ਦੇਖੋ ਇੱਕ 2 ਸਾਲ ਹੋ ਗਏ ਸਾਡੇ ਰੁਪਈਏ ਬੈਂਕ ਦੇ ਵਿੱਚ ਪਿਆ ਨੂੰ, ਹੈਂ ਇੰਨੇ ਲੰਬੇ ਸਮੇਂ ਬਾਅਦ ਵੀਜ਼ਾ ਮਿਲ ਜੇ ਉਹ ਜੀ ਕਿਵੇਂ ਤੁਹਾਨੂੰ ਭੁੱਲ ਜੂਗਾ। ਦੇਖੋ ਬਹੁਤ ਬਹੁਤ ਤੁਹਾਡਾ ਧੰਨਵਾਦ ਅਸੀਂ ਕਰਦੇ ਹਾਂ, ਸਾਨੂੰ ਅਸੀਂ ਇਹ ਕਹਿੰਦੇ ਹਾਂ ਸਾਡਾ ਅਸੀਂ ਤੁਹਾਡਾ ਕੀਤਾ ਦੇ ਨਹੀਂ ਸਕਦੇ। ਨਹੀਂ ਨਹੀਂ ਹਰ ਇੱਕ ਪਰਿਵਾਰ ਕਹਿਣਾ ਸੀ ਵੀ ਮੈਨੂੰ ਕਹਿਣਾ ਸੀ, ਮੈਨੂੰ ਮੇਰੀ ਮਾਂ ਨੇ ਵੀ ਕਹਿਣਾ, ਮੇਰੇ ਪਿਓ ਨੇ ਵਿਚਾਰੇ ਨੇ ਕਹਿਣਾ ਵੀ ਕੋਈ ਬਣਿਆ, ਅੱਜ ਮੈਨੂੰ ਇਹ ਹੋਇਆ ਮਾਲਕਾ ਜਿਵੇਂ ਮੇਰੀ ਰੱਖੀ ਹੈ ਕੌਲ ਦੀ ਰੱਖੀ। ਨਹੀਂ ਨਹੀਂ ਮੈਨੂੰ ਬਹੁਤ ਖੁਸ਼ੀ ਹੋਈ ਆ, ਅਤੇ ਮੈਂ ਤੁਹਾਡੇ ਸਾਰੇ ਪਰਿਵਾਰ ਨਾਲ ਜੇ ਸਬੱਬ ਮਿਲਦਾ ਤਾਂ ਮੈਂ ਡੈਫੀਨੇਟਲੀ ਮੈਂ ਸਾਰਿਆਂ ਦੇ ਨਾਲ ਸਤਿ ਸ਼੍ਰੀ ਅਕਾਲ ਕਰਨੇ ਪਸੰਦ ਕਰੂੰਗਾ, ਕਿਉਂਕਿ ਮੈਨੂੰ ਖੁਸ਼ੀ ਹੋਊਗੀ ਕਿ ਮੈਂ ਉਹਨਾਂ ਨੂੰ ਸੁਣ ਸਕਾਂ ਜਾਂ ਮੈਨੂੰ ਦੇਖ ਸਕਣ। ਅਤੇ ਇੱਕ ਹਮੇਸ਼ਾ ਕਹਿੰਦੇ ਹੁੰਦੇ ਕਿ ਇੱਕ ਯਾਦ ਯਾਨੀ ਕਿ ਯਾਦ ਰਹਿ ਜਾਂਦੀ ਹੈ ਬੰਦੇ ਦੀ, ਵੀ ਹਰ ਇੱਕ ਚੀਜ਼ ਦੀ ਯਾਦ ਰਹਿਣੀ ਬਹੁਤ ਜ਼ਰੂਰੀ ਹੁੰਦੀ ਆ। ਇਹ ਤਾਂ ਜੀ ਦੇਖੋ ਹੁਣ ਤੁਸੀਂ ਸਾਨੂੰ ਅੱਜ ਤੁਸੀਂ ਕਿਹਾ ਵੀ ਇਕੱਠੇ ਬੈਠੇ, ਇਕੱਠੇ ਹੋਣ ਦਾ ਮੌਕਾ ਤੁਸੀਂ ਬਖਸ਼ਿਆ। ਦੇਖੋ ਜੇ ਵੀਜ਼ਾ ਆਊ ਤਾਂ ਅਸੀਂ ਇਕੱਠੇ, ਅਸੀਂ ਜਦੋਂ ਜੰਟੀ ਨੇ ਆ ਕੇ ਮੈਨੂੰ ਕਿਹਾ ਕਿ ਜੰਟ ਡੈਡੀ ਹੌਲੀ ਦੇਣੇ ਉੱਠ, ਪਰਮਾਤਮਾ ਨੇ ਵੀਜ਼ਾ ਆ ਗਿਆ, ਮੈਂ ਜਦੇ ਉੱਠਿਆ ਉੱਠ ਕੇ ਮੂੰਹ ਬਾਹ ਧੋਤਾ। ਹੈਂਜੀ ਦੇਖੋ ਉਸ ਟਾਈਮ ਹੀ ਅਸੀਂ ਸਾਰੇ ਇਕੱਠੇ ਹੋਏ, ਇਕੱਠੇ ਹੋਣ ਦਾ ਮੌਕਾ ਵੀ ਜੀ ਇਹ ਤੁਸੀਂ ਜੇ ਵੀਜ਼ਾ ਆਇਆ ਤੁਹਾਨੂੰ ਤਾਂ ਹੀ ਬਖਸ਼ਿਆ। ਜੇ ਅੱਜ ਦੇ ਦਿਨ ਕੋਈ ਹੋਏ ਨਹੀਂ ਸਾਡਾ ਇੰਨਾ ਮਨ ਟੁੱਟਦਾ ਸੀ ਅੱਜ ਬਹੁਤ ਦੁਖੀ ਹੁੰਦੇ। ਅੱਜ ਅਸੀਂ ਇਹ ਕਹਿੰਦੇ ਹਾਂ ਪਰਮਾਤਮਾ ਵੀ ਜਿਹੋ ਜਿਹਾ ਸਾਨੂੰ ਤੁਸੀਂ ਬੀਜਾ ਤੋਂ ਆਇਆ ਕੌਲ, ਸਭ ਨੂੰ ਰੱਬਾ ਸਭ 'ਤੇ ਮਿਹਰ ਕਰੀ, ਜਿਹੜੀ ਸਾਡੇ 'ਤੇ ਮਿਹਰ ਕਰੀ ਹੈ ਕੌਲ 'ਤੇ ਮਿਹਰ ਕਰੀ। ਦੇਖੋ ਹੁਣ ਗੁਰਜੰਟ ਨੇ ਇੰਨੀ ਮਿਹਨਤ ਕੀਤੀ, ਗੁਰਜੰਟ ਦਾ ਅਸੀਂ ਨਹੀਂ ਤੁਸੀਂ ਕਹਿਣਾ ਆਹ ਕਾਗਜ਼ ਇਹਨੇ ਜਦੇ ਜਾਣਾ ਗੱਡੀ ਚੱਕ ਕੇ ਜਦੇ ਕਾਗਜ਼ ਇਹਨੇ ਕਹਿਣਾ, ਤੁਸੀਂ ਕਹਿਣਾ ਵੀ ਇਹ ਆਪਣੇ ਗੂੰਦ ਵਾਲੀਓਂ ਆਹ ਜਾਂ ਪਿੰਡ ਸਰਪੰਚ ਤੋਂ ਜਾਣੀ ਜੀ ਇਹਨੇ ਜੀ ਇਹ ਵੱਡੀ ਇਹਦੀ ਹੁਣ ਇਹਦੇ ਇਹਦੀ ਹੁਣ ਆਪਦੇ ਭਾਈ ਖਾਤਰ ਕਰੇ ਨਾ ਕਰੇ ਇਹਨੇ ਜਾਨ ਮਾਰਤੀ ਜੀ। ਬਸ ਇਹ ਤੇ ਮੈਂ ਕਹਿੰਦਾ ਉਹੀ ਗੱਲ ਕਹਿੰਦਾ ਵੀ ਇਹ ਤੇ ਹੁਣ ਜਵਾਕਾਂ ਤੱਕ, ਹਾਂਜੀ ਇਹ ਤੇ ਹੁਣ ਜਵਾਕਾਂ ਤੱਕ ਗੱਲਾਂ ਜਾਣਿਆ ਕਹਿਣੀਆਂ ਵੀ ਮੈਂ ਤਾਏ ਦਾ ਬਹੁਤ ਕੀਤਾ, ਮੈਂ ਜ਼ੋਰ ਲੱਗ ਗਿਆ ਤਾਏ ਦਾ ਕਰਦਿਆਂ ਕਰਦਿਆਂ, ਮੈਂ ਕੈਨੇਡਾ ਪਹੁੰਚਾਇਆ ਹੀ ਬੜਾ ਔਖਾ ਕੇ। ਹਾਂਜੀ ਹਾਂਜੀ ਨਹੀਂ ਨਹੀਂ ਬਸ ਬਾਕੀ ਬੀਬੀ ਦਾ, ਬਾਕੀ ਬੀਬੀ ਦਾਦੇ ਮੇਰੀ ਮਾਂ ਬੈਠੀ ਹੈ ਦਾਦੀ ਉਹਨਾਂ ਗੱਲ ਕਰ ਲਓ, ਉੱਧਰ ਉੱਧਰ ਮਾੜੀ ਗੱਲ ਕਰਕੇ ਦੇਖੋ। ਕਰਾਓ ਜੀ ਕਰਾਓ ਕਰਾਓ ਕਰਾਓ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਮਾਤਾ। ਸਤਿ ਸ਼੍ਰੀ ਅਕਾਲ, ਹੋ ਠੀਕ ਹੋ?
ਬਹੁਤ ਬਹੁਤ ਜੀ ਵਧਾਈਆਂ ਤੁਹਾਨੂੰ ਬਾਹਲੀਆਂ 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 ਜੀ ਤੁਹਾਨੂੰ ਵੀ ਵਧਾਈਆਂ। ਫਿਰ ਆਪਾਂ ਜਾਣੀ ਕਿ ਲਾਈ ਆ ਅਸੀਂ ਕੈਨੇਡਾ ਦਾ ਰਸਤਾ ਵੀ ਨਹੀਂ ਸੀ ਵੇਖਿਆ, ਬਾਕੀ ਸਾਡੀ ਬੱਚੀ ਜਿਉਂਦੀ ਰਹੇ, ਜਿਹਨੇ ਕੁਰਬਾਨੀ ਕਰੀ ਬੈਂਡ ਲਏ, ਜਿਹਨੇ ਸਾਡਾ ਬੱਚਾ ਬਾਹਰ ਬਚਾਉਣਾ ਨਾ, ਪੜ੍ਹਾਈ ਵੀ ਕਰਨੀ ਬਹੁਤ, ਹਾਂਜੀ ਪੜ੍ਹਾਈ ਕਰਨੀ ਕਿਹੜਾ ਸੌਖੀ ਆ, ਬਹੁਤ ਔਖੀ ਆ। ਉਹੀ ਗੱਲ ਆ ਨਾ ਕਿ ਖੁਸ਼ੀ ਇਸ ਗੱਲ ਦੀ ਆ ਵੀ ਤੁਸੀਂ ਸਾਰੇ ਮੈਨੂੰ ਦੇਖ ਰਹੇ ਹੋ, ਮੈਂ ਤੁਹਾਨੂੰ ਸੁਣ ਰਿਹਾ, ਮੈਨੂੰ ਖੁਸ਼ੀ ਇਸ ਗੱਲ ਦੀ ਆ। ਮੈਨੂੰ ਮੇਰੇ ਲਈ ਮੇਰਾ ਪਰਿਵਾਰ ਆ, ਜਾਣੀ ਕਿ ਮੈਂ ਜਦੋਂ ਆਇਆ ਸੀ ਆ, ਠੀਕ ਹੈ ਮੈਂ ਇਕੱਲਾ ਇਕੱਲਾ ਮਾਪਿਆਂ ਦਾ, ਮੇਰੇ ਪੇਰੈਂਟਸ ਇੰਡੀਆ ਹੀ ਆ, ਮੇਰੇ ਮੰਮੀ ਡੈਡੀ ਇੰਡੀਆ ਹੀ ਆ, ਅਤੇ ਅਸੀਂ ਹਮੇਸ਼ਾ ਉਹਨਾਂ ਨੇ ਇੱਕ ਗੱਲ ਕਹਿਣੀ ਵੀ ਪੁੱਤ ਕਿਸੇ ਦਾ ਮਾੜਾ ਨਹੀਂ ਕਰਨਾ, ਆਪਾਂ ਨੂੰ ਚੰਗਾ ਹੋਣਾ ਚਾਹੀਦਾ, ਭਾਵੇਂ ਔਖਿਆਈ ਹੋ ਕੇ ਕਿਸੇ ਦਾ ਚੰਗਾ ਕਰ ਦਿਓ, ਠੀਕ ਹੈ। ਅਤੇ ਅੱਜ ਮੈਨੂੰ ਬੜੀ ਖੁਸ਼ੀ ਆ ਕਿ ਤੁਸੀਂ ਸਾਰੇ ਮੇਰੇ ਨਾਲ ਹੋ, ਖੜੇ ਹੋ, ਆਪਾਂ ਗੱਲਬਾਤ ਕਰ ਰਹੇ ਹਾਂ ਇੱਕ ਦੂਜੇ ਨਾਲ, ਅਤੇ ਪਰਮਾਤਮਾ ਨੇ ਮੈਨੂੰ ਉਹ ਬਲ ਬਖਸ਼ਿਆ ਤੁਹਾਡੇ ਸਾਰਿਆਂ ਨਾਲ ਇਕੱਠੇ ਹੋਣ ਦਾ। ਹੋ ਤਾਂ ਜੀ ਬਾਲੀ ਗੱਲ ਕਹਿਣ ਦੀ ਆ, ਜੇ ਕੋਈ ਸਾਧੂ ਮਹਾਤਮਾ ਜਾਂ ਤੁਸੀਂ ਹੋ ਵੀ ਜਿਹੜਾ ਕੋਈ ਗਰੀਬ ਦੀ ਹਲਾਸੇਰੀ ਨਾਲ ਕੰਮ ਠਾਵੇ, ਬੰਦੇ ਕੰਮ ਬਣਾਵੇ, ਇਹ ਵੀ ਬਹੁਤ ਜੀ ਧੰਨਵਾਦ। ਨਹੀਂ ਨਹੀਂ ਮਾਤਾ ਦੇ ਨਹੀਂ ਸਕਦੇ, ਨਹੀਂ ਨਹੀਂ ਦੇਣ ਵਾਲੀ ਕੋਈ ਗੱਲ ਨਹੀਂ ਆ, ਬਸ ਸਾਡਾ ਮਨ ਬਹੁਤ ਟੁੱਟਿਆ ਰਿਹਾ ਸੀ, ਅਸੀਂ ਕਹਿੰਦੇ ਵਾਹਿਗੁਰੂ ਸਾਡੀ ਵੀ ਕਿਤੇ ਪਾਪੀਆਂ ਦੀ ਸੁਣ ਲਾ, ਸਾਨੂੰ ਵੀ ਭਾਗ ਲਾ ਦੇ। ਅਸੀਂ ਇਹੀ ਸੋਚਦੇ ਰਾਤ ਨੂੰ ਪੈ ਜਾਣਾ ਜੋ ਤੜਕੇ ਉੱਠਣਾ, ਉਵੇਂ ਉੱਠਣਾ ਹੈ, ਅਸੀਂ ਕਹਿਣਾ ਅੱਜ ਵੀ ਨਹੀਂ ਪਤਾ ਲੱਗਿਆ, ਅੱਜ ਵੀ ਨਹੀਂ ਪਤਾ ਲੱਗਿਆ। ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਮੈਂ ਕੱਲ੍ਹ ਹੀ ਗੱਲ ਕਰੀ, ਉਹ ਮੈਨੂੰ ਕਹਿੰਦਾ ਕੋਈ ਨਾ ਭਾਬੀ ਤੁਸੀਂ ਦਿਲ ਨਾ ਛੱਡੋ, ਬਈ ਹੁਣ ਤਾਂ ਰੱਬ ਸੁਣੂਗਾ, ਮਿਹਰ ਕਰੂਗਾ, ਬਈ ਇਹ ਵੀ ਇਕੱਤੀਆਂ 35 ਦਿਨਾਂ ਦੇ ਵਿੱਚ ਅੰਦਰ ਅੰਦਰ ਆਈ ਜਾਂਦਾ। ਮੈਂ ਚਲੋ ਭਾਈ ਤੁਹਾਡਾ ਹੀ ਮੂੰਹ ਕਰਮ ਵਾਲਾ ਹੋਵੇ, ਜਾਣੀ ਅੱਜ ਪੁੱਤ ਤੁਹਾਨੂੰ ਕੋਈ ਅਸੀਂ ਕਹਿ ਹੀ ਨਹੀਂ ਸਕਦੇ ਵੀ ਜਿੰਨਾ ਤੁਸੀਂ ਸਾਡਾ ਕੰਮ ਸ਼ੁੱਧ ਹੋਇਆ, ਵਾਹਿਗੁਰੂ ਦੀ ਕਿਰਪਾ ਤੇ ਬਾਕੀ ਤੁਹਾਡੀ ਵੀ ਕਿਰਪਾ ਬਹੁਤ ਵੱਡੀ ਆ ਜਿਹਨਾਂ ਨੇ ਸਾਡਾ। ਮਾਤਾ ਰੌਲਾ ਦੱਸਾਂ ਕੀ ਆ ਇੱਥੇ, ਕਿ ਜਿਹੜਾ ਤੁਸੀਂ ਯਕੀਨ ਕੀਤਾ ਸਾਨੂੰ, ਤੁਸੀਂ ਕਦੇ ਮਿਲੇ ਨਹੀਂ, ਠੀਕ ਹੈ ਅੱਜ ਆਪਾਂ ਬੈਠ ਕੇ ਸਾਰੇ ਗੱਲ ਕਰ ਰਹੇ ਹਾਂ, ਪਰ ਤੁਸੀਂ ਕਦੇ ਮੈਨੂੰ ਮਿਲੇ ਨਹੀਂ, ਠੀਕ ਹੈ ਤੁਹਾਡੇ ਧੀ ਪੁੱਤਾਂ ਨੇ ਯਕੀਨ ਕੀਤਾ ਮੇਰੇ 'ਤੇ, ਠੀਕ ਹੈ ਇੱਕ ਦੇਖ ਕੇ ਉਹ ਚੀਜ਼ ਕੀਤੀ, ਅਤੇ ਅੱਜ ਆਪਾਂ ਤੁਹਾਡੇ ਪਰਿਵਾਰ ਦਾ ਇੱਕ ਜੀ ਹੋਰ ਆਪਾਂ ਬੂਟਾ ਲਾ ਦੇਣਾ ਇੱਥੇ ਕੈਨੇਡਾ ਦੇ ਵਿੱਚ, ਅਤੇ ਗਾਂ ਫਿਰ ਆਪੇ ਹੀ ਸਾਰੀਆਂ ਚੀਜ਼ਾਂ ਹੋ ਜਾਣੀਆਂ। ਹਾਂਜੀ ਆਪੇ ਹੋ ਜਾਣੀਆਂ। ਗੁਰਜੰਟ ਜੀ ਤੁਹਾਡੇ 'ਤੇ ਬਹੁਤ ਵਧੀਆ ਆ, ਬਾਕੀ ਤੁਹਾਡੀ ਸੋਭਾ ਸੁਣ ਕੇ, ਤੁਹਾਡੀਆਂ ਗੱਲਾਂ ਸੁਣ ਕੇ ਇਹ ਜਾਣੀ ਬਹੁਤ ਵਧੀਆ ਹੈ ਸੀ। ਜੇ ਜਸਪ੍ਰੀਤ ਨੇ ਕਹਿਣਾ ਦੇਖ ਲਾ ਵੀ ਤੇਰਾ ਵੀਰੇ ਜਿਵੇਂ ਵੀ ਤੇਰੀ ਮਰਜ਼ੀ ਆ, ਉਵੇਂ ਹੀ ਆਪਾਂ ਉਸ ਕੋਲ ਹੀ ਲਾ ਦਿੰਦੇ ਹਾਂ। ਇਹਨੇ ਕਹਿਣਾ ਮੈਨੂੰ ਤਾਂ ਇਹ 'ਤੇ ਯਕੀਨ ਆ, ਮੈਂ ਇਹਦੀਆਂ ਗੱਲਾਂ ਸੁਣਦਾ ਵੀਰੇ ਦੀਆਂ, ਵੀ ਮੈਨੂੰ ਯਕੀਨ ਆ। ਹੁਣ ਦੇਖੋ ਜੀ ਇਹ ਤਾਂ ਹੁਣ ਜਿਗਰਾ ਵੱਡਾ ਕਰਕੇ ਹੀ ਕੰਮ ਕਰਨੇ ਪੈਂਦੇ ਆ। ਤੁਹਾਡੀ ਸੋਭਾ ਸੁਣ ਕੇ ਜੈਟ ਵੀ ਜੇ ਇਹ ਤੁਸੀਂ ਲਵਾਉਂਦੇ ਸੀ, ਸਾਡਾ ਤਨ ਤਨ ਮਨ ਤੁਹਾਡੇ 'ਤੇ ਤਾਂ ਹੀ ਵੱਜੀ ਹੈ। ਬਾਕੀ ਮਾਤਾ ਹੁਣ ਖੁਸ਼ ਹੋ? ਅਸੀਂ ਬਹੁਤ ਖੁਸ਼ ਹਾਂ, ਬਹੁਤ ਜ਼ਿਆਦਾ ਖੁਸ਼ ਹਾਂ। ਅੱਜ ਸਾਨੂੰ ਜਿਉਂਦੇ ਕੀਤਾ ਤੁਸੀਂ, ਸਾਡੇ ਬਹੁਤ ਜਾਣੀ ਢੇਡੀ ਢਈ ਹੋਈ ਸੀ, ਪਰਮਾਤਮਾ ਨੇ ਸਾਡੀ ਅੱਜ ਲੰਬੀ ਬਾਂਹ ਫੜੀ ਆ। ਕੱਲ੍ਹ ਹੀ ਮੈਂ ਅਰਦਾਸ ਕਰਾਈ ਸੀ, ਬਾਬਾ ਜੀ ਤੁਹਾਡੇ ਇਨਸਾਨ ਸਾਹ ਦਾ ਕੱਪੜਾ ਚੜ੍ਹਾਈਏ, ਰੁਮਾਲਾ ਚੜ੍ਹਾਈਏ, ਦੇ ਕਰਾਈਏ, ਅੱਜ ਹੀ ਪੈਸੇ ਦੇ ਕੇ ਆਉਣੇ ਆ ਵਿਸਾਖੀ ਦਾ। ਮੈਂ ਆਖਿਆ ਕਹਿ ਦੋ ਗਿਰ ਵੀ ਇਨਸਾਨ ਸਾਹ ਦਾ ਕੱਪੜਾ ਚੜ੍ਹ ਗਿਆ, ਵੀ ਸਾਡਾ ਕੰਮ ਨਹੀਂ ਬਣਿਆ, ਵਾਹਿਗੁਰੂ ਹੁਣ ਤਾਂ ਬਣਾ ਦੇ। ਜਗਦੀਪ ਬੋਲਿਆ ਕਹਿੰਦਾ ਬੀਬੀ ਕਹਿੰਦਾ ਕੋਈ ਨਾ ਤੂੰ ਅਰਦਾਸ ਅੱਜ ਕਰਾਈ ਆ, ਵੀ ਤੂੰ ਕਹਿਆ ਵੀ ਕੋਈ ਨਾ ਆਪਣਾ ਕੰਮ ਆਪੇ ਹੀ ਬਣ ਜੂਗਾ। ਤੁਹਾਨੂੰ ਪਤਾ ਹੀ ਆ ਜੀ ਇਨਸਾਨ ਸਾਹਿਬ ਦੀ ਆਪਾਂ ਕਿੱਡੀ ਵੱਡੀ ਵੋਟ ਲੈਂਦੇ ਹਾਂ, ਕਿੰਨਾ ਵੋਟ ਆਸਰਾ ਤੱਕਦੇ ਹਾਂ, ਖਾਣੀ ਰੱਬ ਨੇ ਵਿਗੜੀ ਹੋਈ ਸਾਡੀ ਸਾਰੀ ਸਵਰਫ ਕਰਤੀ ਅੱਜ। ਬਸ ਆਪਾਂ ਨੂੰ ਇੰਨਾ ਹੀ ਚਾਹੀਦਾ ਕਿ ਤੁਸੀਂ ਨਾਲ ਹੋ, ਮੇਰੇ ਆਪਾਂ ਪਰਵਾਹ ਨਹੀਂ ਮੰਨਦੇ ਕਿਸੇ ਦੀ, ਅਤੇ ਨਾ ਹੀ ਆਪਾਂ ਨੂੰ ਇਹ ਹੁੰਦਾ ਕਿ ਆ ਗਰਜੰਟ ਬੈਠਾ, ਇਹਨੂੰ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਵੀ ਮੈਨੂੰ ਬਹੁਤਿਆਂ ਦੀ ਲੋੜ ਨਹੀਂ, ਮੈਨੂੰ ਉਹ ਲੋਕ ਚਾਹੀਦੇ, ਉਹ ਇਨਸਾਨ ਚਾਹੀਦੇ, ਉਹ ਪਰਿਵਾਰ ਚਾਹੀਦੇ ਆ ਜਿਨ੍ਹਾਂ ਨੂੰ ਮੈਂ ਆਵਾਜ਼ ਮਾਰਾਂ ਅਤੇ ਉਹ ਮੇਰੇ ਪਰਿਵਾਰ ਦੇ ਵਿੱਚ ਖੜ੍ਹੇ ਹੋਣ, ਅਤੇ ਉਹ ਮੈਨੂੰ ਆਵਾਜ਼ ਮਾਰਨ, ਮੈਂ ਉਹਨਾਂ ਵਾਸਤੇ ਖੜਾ ਹੋ ਸਕਾਂ, ਬਸ ਇੰਨਾ ਪਰਮਾਤਮਾ ਬਲ ਬਖਸ਼ ਦੀ ਬਸ ਮੈਨੂੰ। ਬਹੁਤ ਜੀ ਤੁਹਾਡਾ ਧੰਨਵਾਦ ਆ, ਮੈਂ ਕਹਿ ਨਹੀਂ ਸਕਦੀ। ਹੁਣ ਜਿਵੇਂ ਤੁਸੀਂ ਇਹਦਾ ਬੇੜਾ ਬੰਨੇ ਲਾਇਆ, ਐਵੇਂ ਸਾਡੇ ਨਿੱਕੇ ਦਾ ਵੀ ਲਾ ਦਿਓ। ਨਿੱਕਿਆ ਤੁਹਾਡੇ ਤੇ ਬਹੁਤ ਜਾਣੀ ਮਾਣ ਕਰਦਾ, ਹੁਣ ਇਹਨੂੰ ਵੀ ਛੇਤੀ ਛੇਤੀ ਬੜਾ ਦਿਓ। ਕੋਈ ਨਾ ਵਾਹਿਗੁਰੂ ਨਾ ਚੜ੍ਹਦੀ ਕਰਿਆ ਕਰੇ, ਦੋਨਾਂ ਭਾਈਆਂ ਨੂੰ ਤਬਾਕ ਬਖਸ਼ੇ, ਅਸੀਂ ਤਾਂ ਇਹੀ ਸੋਚਦੇ ਹਾਂ ਵੀ ਸਾਡੇ ਬੱਚਿਆਂ ਦਾ ਤਬਾਕ ਰਹੇ। ਜਿਵੇਂ ਸਾਨੂੰ ਨੇਕ ਕੁੜੀ ਮਿਲੀ ਆ ਵਾਹਿਗੁਰੂ, ਐਵੇਂ ਇਹਨੇ ਭਾਈ ਮੰਨਿਆ ਮੇਰਾ ਮੁੰਡਾ ਛੋਟਾ ਪੋਤਾ, ਬਈ ਦੇ ਲਾ ਇਹਨੇ ਕੋਈ ਫਰਕ ਨੀ ਰੱਖਿਆ ਸਾਡੇ ਨਾਲ, ਇਹੀ ਜੀ ਕੁੜੀ ਘਰ ਘਰ ਆਵੇ, ਇਹ ਬਹੁਤ ਵਧੀਆ ਧੰਨਵਾਦ। ਉਹੀ ਬੇਬੇ ਮੈਂ ਗੱਲ ਕਹਿਣਾ ਚਾਹੂੰਗਾ ਇੱਥੇ, ਤੁਹਾਨੂੰ ਮਾਫ਼ੀ ਮੈਂ ਚਾਹੁੰਦਾ ਕਿ ਸੋਰੀ ਮੈਂ ਇੰਟਰਪਟ ਕਰ ਰਿਹਾ, ਰੋਕ ਰਿਹਾ, ਵੀ ਇਹ ਕੁੜੀ ਨੇ ਮੈਨੂੰ ਫੋਨ ਕਰਨਾ
ਮੈਨੂੰ ਕਿਹਾ ਵੀ ਮੈਂ ਨਹੀਂ ਲਾਉਣੀ, ਮੈਂ ਨਾ ਵਿੱਚੋਂ ਜੇ ਕੋਈ ਗੱਲ ਹੋ ਗਈ, ਮੈਂ ਕਿਹਾ ਮੈਂ ਨਹੀਂ ਲਾਉਣੀ। ਮੈਨੂੰ ਕਹਿੰਦੀ ਵੀਰੇ ਕੋਈ ਨਾ, ਆ ਬੈਠੀ ਆ ਹੁਣੇ, ਗੱਲ ਵੀ ਦੱਸੋ ਵੀ ਕੀ ਗੱਲ ਹੋਈ ਸੀ ਜਸਪ੍ਰੀਤ, ਮਾੜਾ ਜਿਹਾ ਬੋਲ ਕੇ ਦੱਸੀ ਕੀ ਗੱਲ ਹੋਈ ਸੀ ਆਪਣੀ ਉਦਾਂ। ਨਹੀਂ ਸਰ, ਉਹ ਤਾਂ ਉਦੋਂ ਆਪਾਂ ਜਦ ਨਾ ਮਤਲਬ ਆਪਣੇ ਪੇਪਰ ਸਾਰੇ ਰੈਡੀ ਹੋ ਗਏ ਸੀ ਤੇ ਉਹ ਕਵਰ ਲੈਟਰ ਦਾ ਥੋੜਾ ਜਿਹਾ ਪੰਗਾ ਪਿਆ ਸੀ, ਆਪਾਂ ਫੇਰ ਨੋਟਰੀ ਕਰਾਈ ਸੀ ਆ ਕਮੀ। ਹਾਂ, ਤੇ ਦੂਜਾ ਇੱਕ ਬੈਂਕ ਸਟੇਟਮੈਂਟ ਦਾ ਰੌਲਾ ਸੀ, ਗਰਜੈਂਟ ਵੀ ਬੈਠਾ ਰੌਲਾ ਪਾਉਣ ਵਾਲਾ। ਤੇ ਫੇਰ ਉਸ ਤੋਂ ਬਾਅਦ ਵਿੱਚ ਥੋੜਾ ਜਿਹਾ ਕਨਫਿਊਜ਼ਨ ਹੋ ਗਈ ਸੀਗੀ ਵੀ ਆਪਾਂ ਜੋ ਦੁਬਾਰਾ ਕਢਵਾਉਣੀ ਪਈ ਆਪਾਂ ਨੂੰ ਤੇ ਦੁਬਾਰਾ ਕਰਨਾ ਪਿਆ। ਫਿਰ ਮੈਂ ਤੁਹਾਨੂੰ ਪੁੱਛਿਆ ਸੀਗਾ ਵੀ ਸਰ ਕਦੋਂ ਕੁ ਤੱਕ ਕਰੋਗੇ, ਹਲੇ ਕਿੰਨਾ ਕੁ ਟਾਈਮ ਲੈਣਾ ਆ ਹੋਰ। ਨਹੀਂ ਬਸ ਉਹੀ ਚੀਜ਼ ਹੈ ਨਾ ਵੀ ਸਾਡੇ ਲਈ ਮੇਨ ਚੀਜ਼ ਜ਼ਰੂਰੀ ਇਹ ਆ ਵੀ ਟਾਈਮ ਲੈ ਕੇ। ਮੈਂ ਤੈਨੂੰ ਉਦਣ ਇੱਕ ਗੱਲ ਕਹੀ ਸੀ, ਅੱਜ ਵੀ ਆਹ ਪੋਤੀ ਨਾਲ ਤੁਹਾਡੀ ਬੈਠੀ ਆ, ਇਹਨੂੰ ਪੁੱਛ ਲਓ ਮੈਂ ਇੱਕ ਗੱਲ ਕਹੀ, ਮੈਂ ਆਰਾਮ ਨਾਲ ਰੋਟੀ ਪਾਣੀ ਖਾਓ, ਤੁਸੀਂ ਆਪਦਾ ਚਾਹ ਪਾਣੀ ਪੀਆ ਕਰੋ, ਠੀਕ ਹੈ, ਘਰ ਵਾਲਾ ਤੇਰਾ ਲੈ ਆਵਾਂਗੇ ਔਖੇ ਸੌਖੇ ਹੋ ਕੇ। ਹਾਂਜੀ, ਤਾਂ ਮਨ ਟੁੱਟਿਆ ਪਿਆ ਸੀ ਹੁਣ, ਠੀਕ ਹੈ, ਕਹਿੰਦਾ ਜੇ ਤੁਸੀਂ ਆ ਜਾਓਗੇ ਨਾ ਫੇਰ ਹੀ ਮੈਂ ਹੋਰ ਜਗ੍ਹਾ ਲਵਾਂਗੀ, ਹੋਰ ਥਾਵੇਂ ਆਪਾਂ ਫੇਰ ਜਾਵਾਂਗੇ, ਐ ਕਹਿਣਾਗੇ। ਇਹਨੇ ਐ ਹੀ ਰਹਿਣਾ ਕਹੀ ਸੀ ਜ਼ਿਆਦਾ, ਤੁਸੀਂ ਗੱਲ ਕਹੀ ਸੀ ਵੀ ਹੁਣ ਹੁਣ ਫਿਕਰ ਫਿਕਰ ਨਾ ਕਰ ਵੀ ਹੁਣ ਬਾਈ ਬਾਈ ਆਇਆ, ਉਹ ਅੱਜ ਜੀ ਇਹ ਗੱਲ ਪੂਰੀ ਹੋ ਗਈ ਜੀ, ਕੋਈ ਸ਼ੱਕ ਨਹੀਂ, ਠੀਕ ਹੈ। ਮੈਂ ਇਹਨੂੰ ਵੀ ਆਖਿਆ, ਮੈਂ ਕਿਹਾ ਵੀ ਗੁਰਜੰਟ ਸਿੰਘ ਕੋਈ ਨਾ ਲੈ ਆਵਾਂਗੇ ਯਾਰ, ਬੰਦਾ ਲੈ ਆਵਾਂਗੇ, ਤੁਹਾਨੂੰ ਕਹਿ ਤਾ ਨਾ, ਜੇ ਮੈਂ ਤੈਨੂੰ ਕਹਿ ਤਾ ਤੇ ਮੈਂ ਖੜਾ, ਅਗਰ ਮੈਂ ਨਹੀਂ ਗਿਆ ਤੇ ਨਹੀਂ ਗਿਆ। ਹਾਂਜੀ ਨਹੀਂ ਜੀ, ਬਹੁਤ ਧੰਨਵਾਦ ਆ ਤੁਹਾਡਾ। ਬਸ ਇਹੀ ਗੱਲਬਾਤ ਆ, ਬਾਕੀ ਮਾਤਾ ਜੀ ਹੁਣੀ ਰਹਿ ਗਿਆ, ਸੋ ਮਾਤਾ ਜੀ ਹੁਣਾਂ ਨੂੰ ਵੀ ਗੱਲ ਕਰ ਲਈਏ, ਹੁਣ ਉਹਨਾਂ ਦਾ ਵੀ ਬੜਾ ਧੰਨਵਾਦ। ਵੀ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਾਤਾ, ਸਤਿ ਸ੍ਰੀ ਅਕਾਲ, ਹੋ ਠੀਕ ਹੋ? ਬਹੁਤ ਬਹੁਤ ਵਧਾਈਆਂ ਸਾਨੂੰ। ਲੈ ਤੁਹਾਨੂੰ ਮੈਂ ਕਹਿੰਦਾ ਮੁੰਡਾ ਕੈਨੇਡਾ ਵਾਲਾ ਹੋ ਗਿਆ, ਅੱਜ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ, ਤੁਸੀਂ ਤੇ ਮੈਂ ਕਹਿੰਦਾ ਵੀ ਜਮਾ ਦਿਲ ਜਾ ਡੁੱਬਦਿਆਂ ਨੂੰ ਪਾਰ ਨੰਘਾਇਆ ਜੀ। ਨਹੀਂ ਨਹੀਂ ਡੁੱਬਦਿਆਂ ਨੂੰ ਮਾਤਾ ਰੌਲਾ ਦੱਸਾਂ ਕੀ ਆ, ਕਿ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੂੰਗਾ ਕਿ ਕਰਨ ਕਰਾਉਣ ਵਾਲਾ ਉਹ ਆ, ਇਕੱਠੇ ਕਰਾਉਣ ਵਾਲਾ ਉਹ ਆ, ਨਹੀਂ ਤਾਂ ਗੁਰਜੈਂਟ ਹੋਣੀ ਸਾਨੂੰ ਕਿਹੜਾ ਜਾਣਦੇ ਸੀ, ਤੁਸੀਂ ਕਿਹੜਾ ਮੈਨੂੰ ਕਦੀ ਮਿਲੇ ਹੋ, ਜਾਂ ਸਾਡਾ ਕਿਹੜਾ ਪੰਜਾਬ 'ਚ ਕੋਈ ਆਫਿਸ ਆ। ਪਰ ਇੱਕ ਯਕੀਨ ਹੀ ਸੀ ਨਾ, 1.5-2 ਲੱਖ ਤੁਸੀਂ ਸਾਡੇ 'ਤੇ ਲਾਈ ਬੈਠੇ ਸੀਗੇ, ਸਾਡੀਆਂ ਕਹੀਆਂ ਗੱਲਾਂ 'ਤੇ ਤੁਸੀਂ ਯਕੀਨ ਕੀਤਾ, ਸਾਡੇ RCIC ਬਾਈ ਅਮਨ ਆਲਵੇਜ਼ ਸਾਡਾ ਇੱਕ ਹੀ ਚੀਜ਼ ਰਹੀ ਆ ਕਿ ਅਸੀਂ ਚੰਗਾ ਕੰਮ ਕਰਨਾ, ਠੀਕ ਹੈ, ਪੈਸੇ ਅਸੀਂ ਜ਼ਰੂਰ ਲੈਣੇ ਆ। ਅਗਰ ਏਜੰਟ ਬੈਠਾ ਮੈਨੂੰ ਇੱਕ ਹੀ ਗੱਲ ਕਹੀ, ਪੈਸੇ ਅਸੀਂ ਲੈਣੇ ਆ, ਠੋਕ ਕੇ ਲੈਣੇ ਆ, ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਪੈਸੇ ਨਹੀਂ ਲੈਣੇ, ਪਰ ਤੁਹਾਨੂੰ ਇਹ ਚੀਜ਼ ਬੋਲੂਗੀ, ਬੈਸ ਮੁੱਕ ਦੀ ਗੱਲ ਇਹ ਆ। ਸਾਨੂੰ ਬਹੁਤ ਕਰਮ ਵਾਲਾ ਦਿਨ ਚੜੇ, ਅਸੀਂ ਜਗਦੀਪ ਨੂੰ ਸਵੇਰ ਵੇਲੇ ਉੱਠ ਕੇ ਜੇ ਚਾਹ ਲੈ ਕੇ ਆਉਣੀ, ਦੀਪਤ ਕੁਛ ਬਣਿਆ ਵਾ, ਇਹਨੇ ਕਹਿਣਾ ਮੰਮੀ ਤੂੰ ਰੋਜ਼ ਹੀ ਆ ਕੇ ਲੱਗ ਜਾਂਦੀ, ਮੈਂ ਆਪੇ ਦੱਸ ਜਦੋਂ ਮਹਾਰਾਜ ਜੀ। ਅੱਜ ਸਾਨੂੰ ਬਹੁਤ ਦਿਨ ਖੁਸ਼ੀਆਂ ਦਾ ਚੜਿਆ, ਸਾਡੇ ਪੱਬਾਂ ਤੇ ਭਾਰ ਨਹੀਂ ਲੱਗਦਾ ਜੀ ਅੱਜ ਸਾਨੂੰ। ਨਹੀਂ ਚਲੋ ਵਧੀਆ ਗੱਲ ਆ। ਤੇ ਫਿਰ ਕਹਿੰਦਾ ਗਰਜੈਂਟ ਮੈਨੂੰ, ਮੈਂ ਪਰਸੋਂ ਚੌਥੇ ਅੱਜ ਲਾਈਵ ਹੋਇਆ ਤੇ ਮੈਨੂੰ ਕਹਿੰਦਾ ਵੀ ਬਾਈ ਸਾਡਾ ਕੰਮ ਕਰ ਦਿਓ, ਠੀਕ ਆ, ਬਰਫੀ ਤਿਆਰ ਬਰ ਤਿਆਰ ਪਈ ਆ, ਮੈਂ ਕੋਈ ਨਾ। ਹਾਂਜੀ, ਗੁਰਜੰਟ ਨੇ ਸਾਨੂੰ ਸੁਣਾਇਆ ਸੀ, ਉਦੋਂ ਸਾਡਾ ਮਨ ਬਹੁਤ ਖਰਾਬ ਹੋ ਗਿਆ, ਸੁਣਾਇਆ ਅਸੀਂ ਆਖਿਆ ਮਹਾਰਾਜ ਆਪਾਂ ਤਾਂ ਸੁਣਦਾ ਨੀ, ਖਾਂ ਕੀ ਪਾਪ ਹੋ ਗਿਆ ਸਾਡੇ ਤੋਂ। ਨਹੀਂ ਨਹੀਂ ਕੋਈ ਨਾ ਮਹਾਰਾਜ, ਸੁਣਦਾ ਮੈਂ ਇਹਨੂੰ ਹਮੇਸ਼ਾ ਕਹਿੰਦਾ ਵੀ ਹੁਣ ਤੁਸੀਂ ਅੰਮ੍ਰਿਤਸਰ ਵਾਸਤੇ ਜਾਓ, ਧੰਨ ਗੁਰੂ ਰਾਮਦਾਸ ਦਾ ਊਟ ਆਸਰਾ ਲਓ, ਮੱਥਾ ਟੇਕ ਕੇ ਆਓ ਸਾਰਾ ਪਰਿਵਾਰ, ਤੇ ਪਾਸਪੋਰਟ ਮੈਂ ਸਬਮਿਟ ਕਰ ਦੇਣਾ ਇਹਦਾ ਹੁਣ, ਜਾਂ ਗੁਰਜੰਟ ਆਪੇ ਕਰ ਲਏ ਜਾਂ ਮੈਂ ਕਰ ਦੇਣਾ, ਉਹ ਕੋਈ ਚੱਕਰ ਨਹੀਂ ਆ। ਠੀਕ ਕਰ ਦੋ ਜਿਹੜਾ ਕੁਛ ਕਰਨਾ ਵਾ, ਜੇ ਸਾਤੋਂ ਕੋਈ ਫੀਸ ਰਹਿੰਦੀ ਆ ਅਸੀਂ ਹੋਰ ਵੀ ਡੀਲ, ਅਸੀਂ ਇਹ ਗੱਲ ਉਹ ਕਹਿੰਦੇ ਅਸੀਂ ਤਾਂ ਕਹਿੰਦੇ ਸਾਡਾ ਜੀ ਅੱਜ ਪਰਮਾਤਮਾ ਕਿੰਨੀ ਜੇ 100-150 ਡਾਲਰ ਲੱਗ ਜੂ ਕੋਈ ਫਰਕ ਨਹੀਂ ਪੈਂਦਾ, ਅਸੀਂ ਇਹ ਕਹਿੰਦੇ ਹਾਂ ਦੇਖੋ ਜੇ ਤੁਸੀਂ ਸਾਨੂੰ ਘਰ ਦਿਆਂਗੇ ਕੋਈ ਵੀ, ਚਲੋ ਹੋਰ ਵੀ ਤੁਹਾਡੇ ਨਾਲ ਜੁੜੇ ਰਹੇ ਹੋਣਗੇ, ਵੀ ਅਸੀਂ ਇਹ ਗੱਲ ਕਹਿੰਦੇ ਹਾਂ ਜਿੰਨੇ ਵੀ ਭਰੋਸਾ ਕਰਕੇ ਵੀਜ਼ਾ ਭਾਈ ਪਰਮਾਤਮਾ 'ਚ ਵੀਜ਼ਾ ਲੈਣਾ, ਵੀ ਤੁਹਾਡੇ ਅੱਗੇ ਭਰਾਵਾਂ ਦੀ ਲੋੜ ਆ, ਵੀ ਜੇ ਤਾਂ ਵੀਜ਼ਾ ਲੈਣਾ ਜੇ ਠੰਡੇ ਦਿਮਾਗ ਚੱਲਣਾ, ਜੇ ਚੱਲਣਾ ਤੇਜ਼ੀ ਨਾ ਫਿਰ ਜਿੱਥੇ ਮਰਜ਼ੀ ਗਿਣੀ ਕੱਢ ਲਓ। ਦੇਖੋ ਤੁਸੀਂ ਠੰਡੇ ਦਿਮਾਗ ਚੱਲੇ, ਅਸੀਂ ਤੁਹਾਡੇ ਨਾਲ ਕਿਰਨ, ਮੈਂ ਗੱਲ ਤੁਹਾਨੂੰ ਹੁਣ ਵੀ ਕਹਿਣਾ ਅੱਗੇ ਵੀ ਕਿਹਾ ਵੀ ਕਿਰਨ ਗੱਲ ਹੋਈ ਆ, ਮੈਂ ਇਹਨੂੰ ਕਿਹਾ ਏਜੰਟ ਵੀ ਸਹਿਜ ਪੱਕੇ ਸੋ ਮਿੱਠਾ ਹੋਏ, ਸਹਿਜ ਪੱਕੇ ਉਹੀ ਗੱਲ ਹੋਈ ਜੇ ਅਸੀਂ ਲੰਬੇ ਟਾਈਮ ਚੱਲੇ। ਦੇਖੋ ਅਸੀਂ ਵੀਜ਼ਾ ਕਹਿੰਦੇ ਸੀ ਵੀ ਏਜੰਟ ਕਹੀ ਵੀ ਜਨਵਰੀ 'ਚ ਆ ਜੂ, ਅੱਜ ਮਾਰਚ ਮਾਰਚ ਅੱਧੀ ਮਾਰਚ ਚਲੇ ਗਈ, ਮਾਰਚ ਅਪ੍ਰੈਲ 'ਚ ਹੀ ਪਹੁੰਚ ਗਿਆ ਆਪਾਂ, 6 ਅਪ੍ਰੈਲ ਨੂੰ ਤੁਹਾਡਾ ਅੱਜ ਵੀਜ਼ਾ ਤੜਕੇ ਆ ਗਿਆ ਸੀਗਾ। ਮੈਂ ਸੀਗਾ ਹਾਲੋ ਬਈ ਥੋੜਾ ਯਕੀਨ ਸੀਗਾ ਜੀ, ਤੇ ਜੋ ਅਸੀਂ ਇਹ ਨਹੀਂ ਕਹਿਣਾ ਜਾ ਡੈਡੀ ਆਪਾਂ ਆਲੂ ਪੱਟ ਲਈਏ, ਆਲੂ ਪੱਟ ਕੇ ਪਛਾੜ ਲੈਣਾ, ਅਸੀਂ ਜੇ ਕਿਸੇ ਕਹਿਣਾ ਅਸੀਂ ਕਹਿਣਾ ਆਲੂ, ਉਹਨੇ ਕਹਿਣਾ ਤੁਸੀਂ ਬੰਦੇ ਘੱਟ ਹੋ, ਤੇਰਾ ਪਾਪਾ ਵਾ ਤੂੰ 3-4 ਜਣੇ ਤੁਸੀਂ, ਕੋਈ ਨਹੀਂ ਫਿਰ ਮੈਂ ਜਾਣ ਕੇ ਬਹਾਨਾ ਮਾਰਨਾ, ਨਹੀਂ ਯਾਰ
ਵੀ ਫਿਰ ਵੀ ਚਲੋ ਬੰਦਾ ਹੁਣ ਅਸੀਂ ਅੱਜ ਇਹ ਗੱਲ ਆ ਗੱਲ ਕਹਿਣ ਜੋਗੇ ਹੋ ਗਏ ਵੀ ਜਿਹੜੀ ਗੱਲ ਅਸੀਂ ਪਿੰਡ 'ਚ ਕਹਿੰਦੇ ਹੁੰਦੇ ਸੀ ਵੀ ਜੇ ਆ ਗਿਆ ਦੇਖੋ ਜੀ ਉਹ ਗੱਲ ਅੱਜ ਪੂਰੀ ਹੋ ਗਈ। ਨਹੀਂ ਉਹੀ ਗੱਲ ਆ ਵੀ ਮੇਰੇ ਲਈ ਜਿਵੇਂ ਮੇਰਾ ਮਾਂ ਪਿਓ ਆ ਜਿਸ ਦਿਨ ਮੈਂ ਇੱਥੇ ਆਇਆ ਸੀ ਤਾਂ ਉਵੇਂ ਤੁਸੀਂ ਹੋ, ਠੀਕ ਹੈ। ਮੈਂ ਕਦੀ ਫਰਕ ਨਹੀਂ ਇਸ ਚੀਜ਼ ਦੇ ਵਿੱਚ ਕਰਦਾ। ਅਤੇ ਮੈਂ ਇੱਥੇ ਜਸਪ੍ਰੀਤ ਕੁੜੀ ਦੇ ਪਰਿਵਾਰ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਕਿ ਆਲਵੇਜ਼ ਇਹ ਕੁੜੀ ਦੀ ਮੈਂ ਜਾਣੀ ਕਿ ਇੱਕ ਆਪਾਂ ਕਹਿ ਦਿੰਦੇ ਹਾਂ ਵੀ ਕਦੇ ਵੀ ਇਹਨੇ ਮੈਨੂੰ ਮੈਂ ਫੋਨ ਕਰਨਾ ਨਿਆਣਾ ਵੀਰੇ ਕੋਈ ਨਾ ਜਿਵੇਂ ਠੀਕ ਲੱਗਦਾ ਮੈਨੂੰ ਵੀਜ਼ੇ ਨਾਲ ਮਤਲਬ ਆ ਸਾਨੂੰ ਵੀਜ਼ਾ ਆਉਣਾ ਚਾਹੀਦਾ। ਆਹ ਬੇਟੀ ਹੁਣੇ ਦੱਸ ਦੂਗੀ ਇਹ। ਨਹੀਂ ਸਰ ਉਹ ਤਾਂ ਕਾਫੀ ਵਾਰੀ ਆਪਣੀ ਮਤਲਬ ਹੋਇਆ ਆ ਵੀ ਹਾਂ ਆਪਾਂ ਫਾਈਲ ਥੋੜਾ ਲੇਟ ਆਂਗੇ ਵੀ ਜਾਂ ਪੇਪਰ ਚਾਹੀਦੇ ਆ ਰੈਡੀ ਹੋਣ ਨੂੰ ਵੀ ਥੋੜਾ ਟਾਈਮ ਲੱਗਿਆ ਸੀਗਾ। ਇੱਕ ਜ਼ਿਆਦਾਤਰ ਤਾਂ ਕਵਰ ਲੈਟਰ ਬਣਾਉਣ ਨੂੰ ਬਹੁਤ ਟਾਈਮ ਲੱਗਿਆ ਸੀਗਾ ਤੇ ਫਿਰ ਉਹਨੂੰ ਨੌਕਰੀ ਵਗੈਰਾ ਕਰਵਾਉਣੀ ਥੋੜਾ ਬੈਂਕ ਸਟੇਟਮੈਂਟ ਦਾ ਵੀ ਹੋ ਗਿਆ ਸੀ ਜਦ ਮਤਲਬ ਪੈਸਿਆਂ ਦੀ ਥੋੜੀ ਟ੍ਰਾਂਜੈਕਸ਼ਨ ਇੱਧਰ ਉੱਧਰ ਹੋ ਗਈ ਸੀਗੀ ਤੇ ਤੁਸੀਂ ਉਦੋਂ ਕਿਹਾ ਸੀ ਕੋਈ ਨਾ ਕਰ ਦਾਂਗੇ ਮੈਂ ਤੁਸੀਂ ਫੋਨ ਕਰਨਾ ਨਾ ਤੁਸੀਂ ਦੇਖ ਲਓ ਕੋਈ ਨਾ ਵੀਜ਼ਾ ਆ ਜਾਵੇ ਬਸ ਹੋਰ ਤਾਂ ਕੁਝ ਨਹੀਂ। ਨਹੀਂ ਨਹੀਂ ਇਹ ਵੀ ਕੰਮ ਤੇ ਸੀ ਮੈਨੂੰ ਉਦਾਂ ਵਟਸਐਪ ਤੇ ਪਹਿਲਾਂ ਕਾਲ ਕਰੀ ਗਿਆ ਮੈਂ ਕਿਹਾ ਵੀ ਇੰਟਰਵਿਊ ਆ ਗਿਆ ਮੈਨੂੰ ਕਹਿੰਦੀ ਵੀਰੇ ਸੱਚੀ ਦੱਸੋ ਮੈਂ ਕਿਹਾ ਨਹੀਂ ਵੀਜ਼ਾ ਆ ਗਿਆ ਕਹਿੰਦੀ ਲੈ ਵੀ ਠੀਕ ਆ ਬਾਕੀ ਬਾਕੀ ਇੱਕ ਗੱਲ ਗੁਰਜੰਟ ਸਿੰਘ ਤੇ ਜਸਪ੍ਰੀਤ ਤੁਸੀਂ ਕੀ ਕਹਿਣਾ ਚਾਹੋਗੇ ਕਿ ਬਾਈ ਅਮਨ ਜਾਂ ਸਾਡੇ ਕੰਮ ਤੋਂ ਤੁਸੀਂ ਕੀ ਚੀਜ਼ ਸਿੱਖੀ? ਅੱਧਾ ਏਜੰਟ ਤਾਂ ਤੁਹਾਨੂੰ ਮੈਂ ਬਣਾਤਾ ਬਣਾਤਾ ਜੀ ਜੋ ਵੀ ਚੀਜ਼ ਸੀਗੀ ਮੇਰੇ ਕੋਲ ਹਜੇ ਵੀ ਪਈ ਆ ਜਦੋਂ ਚੀਜ਼ ਵਾਲੀ ਫੈਲ ਚਲਾਈ ਮੈਨੂੰ ਮੇਰੇ ਕੋਲ ਹਜੇ ਵੀ ਦਵਾਈ ਦੇ ਵਿੱਚ ਪਈ ਆ ਵੀ ਕਿਹੜੀ ਕਿਹੜੀ ਚੀਜ਼ ਲੱਗੀ ਆ ਹਨਾ ਤੁਸੀਂ ਆਹ ਦੱਸੀ ਮਵਾਈਏ ਸਾਨੂੰ ਤੇ ਯਾਨੀ ਕਿ ਹਰੇਕ ਚੀਜ਼ ਦਾ ਪਤਾ ਲੱਗਿਆ ਵੀ ਕਿਹੜੀ ਚੀਜ਼ ਆਪਣੀ ਫੈਲ ਚੁੱਕੀ ਨਹੀਂ ਸਾਨੂੰ ਪਤਾ ਹੋਵੇ ਕਿਹੜੀ ਕਿਹੜੀ ਸਾਡੀ ਚੀਜ਼ ਲੱਗੀ ਹੈ ਫੈਲ 'ਚ। ਇੱਥੇ ਹੀ ਜਿਹੜੇ ਆਪਣੇ ਬੱਸ ਸਟੈਂਡ ਆ ਜੀ ਬੈਠੇ ਨੇ ਜੀ ਉਹ ਸਾਨੂੰ ਜਮ੍ਹਾਂ ਹੀ ਦੱਸਦੇ ਸੀਗੇ ਜੀ ਵੀ ਕੀ ਲਾਉਣਾ ਕੀ ਨਹੀਂ ਬਸ ਉਹਨੇ ਕਹਿਣਾ ਤੁਸੀਂ ਕੋਈ ਨਹੀਂ ਆ ਜਿਓ ਨਹੀਂ ਤੁਸੀਂ ਆਹ ਚੀਜ਼ ਲੈ ਜਾਓ ਪਰ ਕੋਈ ਨਹੀਂ ਤੁਹਾਡੀ ਫੈਲ ਲੱਗ ਜੂਗੀ ਉਹਨਾਂ ਨੇ ਇਹ ਕਹਿਣਾ ਪਰ ਉਹ ਚੀਜ਼ ਨਾ ਜੀ ਆਹ ਚੀਜ਼ ਦਾ ਸਾਨੂੰ ਫਰਕ ਲੱਗਿਆ ਵੀ ਯਾਨੀ ਕਿ ਵੀ ਕੁਛ ਸਿੱਖਣ ਨੂੰ ਮਿਲਿਆ ਸਾਨੂੰ ਜੀ ਠੀਕ ਹੈ। ਏਜੰਟ ਕਹਿ ਦਿੰਦੇ ਵੀ ਅਸੀਂ ਫਾਇਲ ਤਾਂ ਨਹੀਂ ਦਿਖਾਉਂਦੇ ਕੋਈ ਕਾਪੀ ਕਰ ਲਊਗਾ ਯਾਰ ਕਰ ਲਓ ਸਾਨੂੰ ਕੀ ਆ ਇਹ ਤਾਂ ਗੱਲ ਹੈ ਗਈ ਆ ਜੀ ਮੈਨੂੰ ਜ਼ਿਆਦਾ ਹੀ ਤੁਹਾਨੂੰ ਕਿਹਾ ਕਿਸੇ ਨੇ ਨਾ ਤੁਹਾਨੂੰ ਮੈਸੇਜ ਕੀਤੇ ਸੀਗੇ ਮੈਂ ਕਰ ਦੂ ਉਹ ਕਰ ਦੂ ਯਾਨੀ ਕਿ ਇੱਦਾਂ ਜੀ ਜਦੋਂ ਕੋਈ ਕੰਮ ਚੰਗਾ ਕਰਦਾ ਬੰਦਾ ਵਧੀਆ ਕਰਦਾ ਵਾ ਜਿਵੇਂ ਮੰਨ ਲਓ ਹੁਣ ਚਲੋ ਆਪਾਂ ਗੱਲ ਲੈ ਜਾਂਦੇ ਆਪਾਂ ਰੋੜੀ ਲਾ ਵੀ ਆਪਣੇ ਸਿੰਗਰਾਂ ਦੇ ਸਿੱਧੂ ਮੂਸੇਵਾਲੇ ਦੇ ਨਾ ਜੋ ਕੋਈ ਬੰਦਾ ਕੋਈ ਚੰਗੇ ਰਾਹ ਤੁਰਦਾ ਜੀ ਉਹਨੂੰ ਲੋਕ ਬਹੁਤ ਮਾੜਾ ਕਹਿੰਦੇ ਆ ਉਹੀ ਚੀਜ਼ਾਂ ਜੇ ਕੋਈ ਬੰਦਾ ਨਾ ਇਹ ਨੇਕੀ ਕਰਦਾ ਜਾਂ ਕਿਸੇ ਦਾ ਕੰਮ ਕਰਦਾ ਵਧੀਆ ਪਰ ਉਹਨੂੰ ਚੰਗਾ ਨਹੀਂ ਸਮਝਦੇ ਲੋਕ ਉਹੀ ਗੱਲ ਆ ਜੀ ਹੁਣ ਤੁਸੀਂ ਸਭ ਤੋਂ ਸਭ ਕੁਛ ਆਪਦੇ ਹੱਥੀ ਲਗਾਉਂਦੇ ਹੋ ਅਤੇ ਯਾਨੀ ਕਿ ਹੁਣ ਯੂਟਿਊਬ 'ਤੇ ਜਿਹੜੇ ਮੇਰੇ ਭਰਾ ਵੀਡੀਓ ਦੇਖਦੇ ਆ ਜੀ ਮੈਂ ਤਾਂ ਇਹੀ ਕਹਿੰਦਾ ਵਾ ਮੈਂ ਵੀ ਤੁਹਾਡੀਆਂ ਵੀਡੀਓ ਯੂਟਿਊਬ 'ਤੇ ਦੇਖ ਕੇ ਜੀ ਤੁਹਾਡੀ ਫੈਲ ਲੱਗੀ ਸੀਗੀ ਮੈਨੂੰ ਪਤਾ ਸੀਗਾ ਤੁਸੀਂ ਮੈਨੂੰ ਦੱਸਦੀ ਵੀਡੀਓ ਵਿੱਚ ਵੀ ਤੁਸੀਂ ਆਹ ਚੀਜ਼ ਲਾਈ ਹੈ ਤਾਂ ਤੁਹਾਡਾ ਬੀਜ ਹੈ ਪੱਕਾ ਅਤੇ ਮੈਂ ਸੋਚਾਂ ਵੀ ਕਿੰਨੀ ਵੱਡੀ ਗਲਤੀ ਗਾ ਵੀ ਆਪਾਂ ਫੈਲ ਉੱਥੋਂ ਲਾ ਲਈ ਮੈਂ ਹੀ ਸੋਚਦਾ ਰਹਿੰਦਾ ਸੀਗਾ ਜੀ ਮੈਂ ਕਹਿੰਦਾ ਚਲੋ ਕੋਈ ਨਹੀਂ ਹੁਣ ਕਿਰਪਾ ਕਰੀ ਮੈਂ ਭਾਅ ਜੀ ਵੀਜ਼ਾ ਆ ਜਾਵੇ ਕੋਈ ਨਹੀਂ ਵੀ ਆਪਾਂ ਜਿੱਥੇ ਫਸਣੇ ਫਸ ਗਏ ਅਤੇ ਯਾਨੀ ਕਿ ਚਲੋ ਨਹੀਂ ਆਪਣਾ ਸੀਗਾ ਅਤੇ ਮੈਂ ਫਿਰ ਤਾਂਹੀਓ ਤੁਹਾਨੂੰ ਜਿਹੜੇ ਮੈਸੇਜ ਕੀਤਾ ਉਹ ਮੈਨੂੰ ਜ਼ਿਆਦਾ ਹੀ ਉਸ ਦਿਨ ਮੈਂ ਖੇਤ ਸੀਗਾ ਅਤੇ ਤੁਹਾਡਾ ਫੋਨ ਆ ਮੈਂ ਤੁਸੀਂ ਕਿਹਾ ਕੋਈ ਨਹੀਂ ਤੁਸੀਂ ਮੈਨੂੰ ਭੇਜ ਦਿਓ ਜੋ ਆਪਣਾ ਵੀਜ਼ਾ ਰਿਜੈਕਟ ਆ ਅਤੇ ਮੈਂ ਕੋਈ ਨਹੀਂ ਜੀ ਅਤੇ ਮੈਨੂੰ ਫਿਰ ਵੀ ਯਾਨੀ ਮੈਨੂੰ ਪਤਾ ਸੀਗਾ ਵੀ ਕੋਈ ਨਹੀਂ ਤੁਸੀਂ ਮੈਂ ਵੀਜ਼ਾ ਯਾਨੀ ਦਾ ਵੀਜ਼ਾ ਲਗਾ ਆਉਣਾ ਵਾ ਮੈਨੂੰ ਆਹ ਚੀਜ਼ ਪੱਕਾ ਪਤਾ ਸੀ ਜੀ। ਤੇ ਚਲੋ ਆਪਾਂ ਨੂੰ ਹੋਰ ਕੀ ਚਾਹੀਦਾ ਵੀਜ਼ਾ ਆ ਗਿਆ ਠੀਕ ਹੈ ਆਪਾਂ ਕੈਨੇਡਾ ਵਾਲੇ ਹੋਣ ਵਾਲੇ ਆ ਠੀਕ ਹੈ ਤੇ ਇਹ ਚੀਜ਼ਾਂ ਆਪਾਂ ਨੂੰ ਜ਼ਰੂਰੀ ਚਾਹੀਦੀਆਂ ਹੋਰ ਆਪਾਂ ਨੂੰ ਕੀ ਲੈਣਾ ਤੁਹਾਡੇ ਵੀ ਪੱਕਾ ਖੋਆ ਬਣਾ ਕੇ ਘਰ ਦਾ ਭੇਜਾਂਗੇ ਜੀ ਤੁਹਾਨੂੰ ਉਹ ਜਿਹੜੀ ਚੀਜ਼ ਗਈ ਹੈ ਤੁਹਾਡੀ ਪੱਕਾ ਵਾਲਾ ਪੂਰਾ ਕਰਨਾ ਜੀ ਚਲੋ ਕੰਮ ਤਾਂ ਹੁੰਦੇ ਬਹਿਣੇ ਪਰ ਜਿਹੜਾ ਤੁਸੀਂ ਸਾਡਾ ਕੰਮ ਕੀਤਾ ਜੀ ਉਹਦੇ ਲਈ ਬਹੁਤ ਧੰਨਵਾਦ ਤੁਹਾਡੇ ਜੀ ਕੰਮ ਤਾਂ ਹੁੰਦੇ ਰਹਿਣੇ ਆ ਪਰ ਜਿਹੜਾ ਤੁਸੀਂ ਇਹ ਕੰਮ ਕਰਨ ਦਾ ਫਰਕ ਵੀ ਹੁੰਦਾ ਜੀ ਦੇਖੋ ਨਹੀਂ ਏਜੰਟ ਪੈਸੇ ਲੈ ਲੈਂਦਾ ਪੈਸੇ ਲੈ ਕੇ ਕਹਿ ਦਿੰਦਾ ਵੀਜ਼ਾ ਆਇਆ ਠੀਕ ਆ ਨਹੀਂ ਆਇਆ ਆਪਣੀ ਫੀਸ ਮਿਲ ਗਈ ਤੁਸੀਂ ਤਾਂ ਉਹ ਗੱਲ ਕੀਤੀ ਨਹੀਂ ਗੀ ਤੁਸੀਂ ਤਾਂ ਸਮਾਂ ਇਹ ਗੱਲ ਕਹਿੰਦਾ ਜੀ ਵੀ ਜਿੰਨਾ ਤੁਸੀਂ ਪਰਮਾਤਮਾ ਕਿੰਨੀ ਮਿਹਨਤ ਨਾਲ ਆਪਦੀ ਨਾ ਤੁਸੀਂ ਕਾਗਜ਼ ਪੱਤਰ ਲਾਇਆ ਮਿਹਨਤ ਦਾ ਫਲ ਮਿਲ ਗਿਆ ਬਾਕੀ ਇਸ ਮਿਹਨਤ ਦੇ ਵਿੱਚ ਤੁਹਾਡੀ ਨੌਂ ਰਾਣੀ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਉਹ ਕੁੜੀ ਨੇ ਬਹੁਤ ਐਪਰੀਸ਼ੀਏਟ ਕੀਤਾ ਬਹੁਤ ਕੰਮ ਕੀਤਾ ਵਿਚਾਰੀ ਨੇ ਠੀਕ ਹੈ ਅਤੇ ਫੋਟੋਆਂ ਦਾ ਮੈਂ ਬਹੁਤ ਵਾਰ ਉਹਨੂੰ ਕਿਹਾ ਇੱਕ ਦਿਨ ਉਹ ਬੱਸ ਵਿਚਾਰੀ ਜਾ ਰਹੀ ਸੀ ਉਦੋਂ ਮੈਨੂੰ ਉਹਨੇ ਫੋਟੋਆਂ ਭੇਜੀਆਂ ਸੋ ਮੈਂ ਰੀਅਲੀ ਐਪਰੀਸ਼ੀਏਟ ਕਰਦਾ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਇਹੋ ਜਿਹੀਆਂ ਵੀ ਧੀਆਂ ਹੈਗੀਆਂ ਉਹ ਮਾਂ ਪਿਓ ਦੀਆਂ ਜਿਹੜੀਆਂ ਹਰ ਇੱਕ ਚੀਜ਼ ਨੂੰ ਸੁਣਦੀਆਂ ਸਮਝਦੀਆਂ ਕਰਦੀਆਂ ਠੀਕ ਹੈ ਅਤੇ ਮੈਂ ਰਿਸਪੈਕਟ ਕਰਦਾ ਉਹਨਾਂ ਸਾਰੀਆਂ ਚੀਜ਼ਾਂ ਦੀ।
ਠੀਕ ਹੈ। ਸੋ ਇਹ ਸਾਰਾ ਕੁਛ ਜਦੋਂ ਹੋ ਜਾਂਦਾ, ਸਾਰੀਆਂ ਚੀਜ਼ਾਂ ਅੱਗੇ ਵੱਧਦੀਆਂ ਤਾਂ ਫਿਰ ਹੀ ਇਹ ਸਾਰਾ ਕੁਛ ਵਧੀਆ ਲੱਗਦਾ। ਅਤੇ ਕੁੜੀਏ ਤੇਰੇ ਪਰਿਵਾਰ ਨੂੰ ਵੀ ਵਧਾਈਆਂ, ਅਤੇ ਜਗਦੀਪ ਸਿੰਘ ਤੇਰੇ ਸਹੁਰਾ ਪਰਿਵਾਰ ਨੂੰ ਵੀ ਵਧਾਈਆਂ ਸਾਡੇ ਵੱਲੋਂ, ਸਾਡੀ ਪੂਰੀ ਜਿਹੜੀ ਇਮੀਗ੍ਰੇਸ਼ਨ ਟੀਮ ਆ ਸਾਡੀ, ਠੀਕ ਹੈ, ਅਤੇ ਉਹਦੇ ਵੱਲੋਂ ਵਧਾਈਆਂ। ਅਤੇ ਬਾਕੀ ਹੁਣ ਭਾਈ ਤੁਸੀਂ ਆਪ ਜਾਣੋ ਹੁਣ ਤੁਸੀਂ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ, ਹੁਣ ਮੈਂ ਹੁਣ ਕੀ ਕਰ ਸਕਦਾ ਇਹਦੇ ਵਿੱਚ ਭਾਈ। ਮੌਕਾ ਮਿਲਿਆ, ਹਾਂਜੀ 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 ਬੋਲੋ ਜੀ, ਮੌਕਾ ਮਿਲਿਆ ਸਾਡੇ ਆਪਣੇ ਮੁੰਡਾ ਤੁਹਾਡੇ ਕੋਈ ਜਾ ਕੇ ਤੁਹਾਨੂੰ ਉੱਥੇ ਮਿਲ ਕੇ ਆਓ ਜੀ, ਇਹੋ ਜਿਹੀ ਗੱਲ ਥੋੜ੍ਹਾ ਜੀ, ਤੁਸੀਂ ਹੁਣ ਐਂ ਥੋੜ੍ਹਾ, ਤੁਸੀਂ ਹੁਣ ਕੈਨੇਡਾ ਵਾਲੇ ਬਣਾਇਆ, ਤੁਹਾਨੂੰ ਅਸੀਂ ਮਿਲ ਨਹੀਂ ਸਕਦੇ। ਦੇਖੋ ਵੱਡੀ ਗੱਲ ਇਹ ਆ, ਅਸੀਂ ਹੁਣ ਜਿਵੇਂ ਗਜੈਂਟ ਨੇ ਕਿਹਾ ਖੂਹ ਬਣਾ ਕੇ ਜੋ ਵੀ ਆ, ਇਹ ਦੇਖੋ ਜੀ ਵੱਡੀ ਤਾਂ ਗੱਲ ਇਹ ਆ, ਤੁਸੀਂ ਜੈਂਟਾਂ ਵਾਲੀ ਗੱਲ ਨਾ ਕਰੋ। ਦੇਖੋ ਤੁਸੀਂ ਸਾਡੇ ਘਰ ਦੇ ਇੱਕ ਮੈਂਬਰ ਬਣ ਕੇ ਸਾਡਾ ਬੇੜਾ ਪਾਰ ਲਾਇਆ ਜੀ, ਇਹ ਮੈਂ ਕਹਿੰਦਾ ਕੋਈ ਵੀ ਭੈਣ ਭਾਈ ਆ ਆਪਦੇ ਫੈਲ ਲਾਉਂਦਾ, ਤੁਸੀਂ ਜਾਣੀ ਗੱਲ ਇੱਕ ਵੀ ਇੱਕ ਟਾਈਮ ਤਾਂ ਲੱਗਦਾ, ਟਾਈਮ ਲੱਗਣ ਨਾਲ ਸਾਨੂੰ ਜਾਣੀ ਜੇ ਟਾਈਮ ਲੱਗਿਆ ਸਾਨੂੰ ਟਾਈਮ ਮਿਲੇ ਲੱਗੇ ਤਾਂ ਕੁਛ ਮਿਲਿਆ। ਬਾਕੀ ਅੰਕਲ ਇਹੀ ਚੀਜ਼ ਮੈਂ ਕਹਿਣਾ ਚਾਹੂੰਗਾ ਵੀ ਟਾਈਮ ਦਾ ਹੀ ਰੌਲਾ, ਟਾਈਮ ਸਾਡੇ ਕਰਕੇ ਭੱਜਦੇ ਆ ਲੋਕ, ਬਾਕੀ ਅਸੀਂ ਫੇਕ ਡਾਕੂਮੈਂਟਸ ਨਹੀਂ ਲਾਉਂਦੇ। ਤੁਹਾਨੂੰ ਪਤਾ ਕਿ ਤੁਹਾਡੇ ਮੁੰਡੇ ਦੀਆਂ ਅਸੀਂ ਕਿੰਨੀ ਵਾਰ ਸਟੇਟਮੈਂਟਾਂ ਕਢਵਾਈਆਂ, ਇਹ ਤੁਸੀਂ ਜਾਣਦੇ ਹੋ ਜਾਂ ਅਗਰਜੈਂਟ ਹੋਣੀ ਜਾਣਦੇ ਜਾਂ ਜਗਦੀਪ ਸਿੰਘ ਹੋਣੀ ਜਾਣਦੇ ਜਾਂ ਕੁੜੀ ਜਾਣਦੀ ਆ। ਹਾਂਜੀ, ਤੇ ਬਾਕੀ ਕੁੜੀਆਂ ਹੁਣ ਕੀ ਕਹਿਣਾ ਚਾਹੇਗੀ, ਅੱਜ ਤੇਰਾ ਘਰ ਵਾਲਾ ਕੈਨੇਡਾ ਵਾਲਾ ਹੋ ਗਿਆ, ਸੋ ਮੈਂ ਤਾਂ ਬਸ ਇਹੀ ਕਹਿ ਰਹੀ ਹਾਂ ਤੁਹਾਡਾ ਤੇ ਅਮਨ ਵੀਰੇ ਦਾ ਬਹੁਤ ਬਹੁਤ ਥੈਂਕ ਯੂ ਸੋ ਮਚ, ਕੀਤੀ ਆ ਤੇ ਪੂਰੀ ਪ੍ਰੋਪਰ ਤਰੀਕੇ ਨਾਲ। ਕਿੰਨੇ ਚਿਰ ਬਾਅਦ ਘਰ ਵਾਲਾ ਆ ਰਿਹਾ? ਹਾਂਜੀ, ਕਿੰਨਾ ਚਿਰ ਹੋ ਗਿਆ ਵਿਆਹ ਨੂੰ, ਕਿੰਨੇ ਚਿਰ ਬਾਅਦ ਤੁਹਾਡਾ ਘਰ ਵਾਲਾ ਆ ਰਿਹਾ? ਸਰ 2 ਸਾਲ ਹੋ ਗਏ ਮੈਨੂੰ ਇੱਥੇ ਆਈ ਨੂੰ, ਮਾਰਚ ਵਿੱਚ ਹੁਣ। ਤੇ ਠੀਕ ਹੈ, ਇੱਕ ਹੋਰ ਗੱਲ ਆ ਵੀ ਹਮੇਸ਼ਾ ਨਾ ਇੱਕ ਸਵਾਲ ਪੁੱਛਿਆ ਜਾਂਦਾ ਕੁੜੀਏ, ਮੈਂ ਤੇਰੇ ਤੋਂ ਹੀ ਪੁੱਛ ਲੈਣਾ ਵੀ ਕਿੰਨੇ ਫੰਡ ਦਿਖਾਏ ਸੀ ਤੂੰ ਤੇਰੇ ਖਾਤੇ ਦੇ ਵਿੱਚ? ਮੇਰੇ ਸਰ 5 ਤੋਂ 6 ਹਜ਼ਾਰ ਦੇ ਵਿੱਚ ਸੀਗਾ, ਮਤਲਬ 5,500 ਸੀਗਾ, ਉਹਦਾ ਜ਼ਿਆਦਾ ਨਹੀਂ। ਤੇ ਅੱਛਾ, ਅਸੀਂ ਕਦੀ ਐਂ ਕਿਹਾ ਤੁਹਾਨੂੰ ਵੀ ਭਾਈ ਤੂੰ ਇੰਨੇ ਹੀ ਦਿਖਾਉਣੇ ਤੇ ਤੂੰ ਆਹੀ ਰੱਖਣਾ ਤੇ ਆਹ ਚੀਜ਼ ਐਦਾਂ ਨਹੀਂ ਹੋਣੀ? ਨਹੀਂ ਨਹੀਂ ਸਰ, ਐਦਾਂ ਕੁਛ ਵੀ ਨਹੀਂ ਹੈਗਾ। ਤੁਸੀਂ ਕਹਿੰਦੇ ਪਹਿਲਾਂ ਆਪਾਂ ਪੁੱਛੇ, ਪਹਿਲਾਂ ਮੇਰੇ ਕੋਲ ਜਿੱਦਾਂ ਆਪਾਂ ਫਾਈਲ ਸਟਾਰਟ ਕੀਤੀ ਉਦੋਂ ਮੇਰੇ ਕੋਲ ਮਤਲਬ ਪੈਸੇ ਘੱਟ ਸੀਗੇ ਜਿੱਦਾਂ ਸ਼ੋਅ ਕਰਨ ਨੂੰ, ਤੁਸੀਂ ਕਿਹਾ ਆਪਣੇ ਕੋਲ 4,000 ਹੀ ਸੀਗਾ, ਤੁਸੀਂ ਕਿਹਾ ਓਨੇ ਕੁ ਵੀ ਬਹੁਤ ਨੇਗੇ ਵੀ ਕੋਈ ਨਾ ਆਪਾਂ ਸਾਰੇ ਡਾਕੂਮੈਂਟਸ ਪ੍ਰੋਪਰ ਤਰੀਕੇ ਨਾਲ ਲਾਵਾਂਗੇ, ਫੰਡ ਜ਼ਿਆਦਾ ਕੋਈ ਨਾ ਇੰਨੇ ਕੁ ਬਹੁਤ ਨੇ। ਪਰ ਚਲੋ ਫਿਰ ਆਪਾਂ ਥੋੜੇ ਟਾਈਮ ਤਾਂ ਗੈਪ ਪਿਆ ਆਪਾਂ ਫਾਈਲ ਤਿਆਰ ਕਰਨ ਤੇ, ਫਿਰ ਵੀ ਆਪਣੇ ਕੋਲ 5,500 ਹੀ ਸੀਗਾ, ਇਹ ਤੋਂ ਜ਼ਿਆਦਾ ਨਹੀਂ ਸੀਗਾ। ਰੌਲਾ ਸਾਰਾ ਤੇਰੇ ਘਰ ਵਾਲੇ ਨੇ ਬੜਾ ਸਿਆਪਾ ਪਾਇਆ ਹਨਾ, ਉੱਤੇ ਥੱਲੇ ਟ੍ਰਾਂਜੈਕਸ਼ਨ ਕਰਦਾ ਰਿਹਾ ਨਾ, ਇਹਨੇ ਬੜਾ ਸਿਆਪਾ ਪਾਇਆ ਹਨਾ। ਚਲੋ ਕੋਈ ਨਾ ਸਰ, ਲੇਟ ਹੋਇਆ ਕਹਿੰਦੇ ਸਬਰ ਦਾ ਫਲ ਮਿੱਠਾ ਹੁੰਦਾ ਆ, ਉਹੀ ਪੀ ਗਿਆ। ਤੇ ਆਪਾਂ ਫਾਈਲ ਤੁਹਾਡੀ ਕਿੰਨੀ ਤਰੀਕ ਨੂੰ ਲਾਈ ਸੀ? ਅੱਜ 6 ਅਪ੍ਰੈਲ ਨੂੰ ਤੁਹਾਡਾ ਰਿਜ਼ਲਟ ਆਇਆ ਤੇ 5 ਮਾਰਚ ਨੂੰ ਫਾਈਲ ਲੱਗੀ ਸੀ ਸਰ। 5 ਮਾਰਚ ਤੇ ਕਿੰਨੇ ਕੁ ਦਿਨਾਂ ਚ ਆ ਗਿਆ ਇਹ ਹਿਸਾਬ ਲਾ ਕੇ? ਇੱਕ ਮਹੀਨੇ ਦੇ ਰਿਜ਼ਲਟ ਮਿਲ ਜਾਣਗੇ। ਹਾਂਜੀ, ਮਹੀਨੇ ਚ ਆ ਗਿਆ? ਹਾਂਜੀ, 30 ਮਹੀਨੇ ਦਾ ਰਿਜ਼ਲਟ ਮਿਲ ਗਿਆ ਜੀ। ਲੈ ਠੀਕ ਆ, ਹੋਰ ਆਪਾਂ ਨੂੰ ਕੀ ਚਾਹੀਦਾ? 30 ਦਿਨ ਮਿਲ ਗਿਆ, ਰਿਜ਼ਲਟ ਮਿਲ ਗਿਆ, ਸਾਰੀਆਂ ਚੀਜ਼ਾਂ ਮਿਲ ਗਈਆਂ, ਹੋਰ ਆਪਾਂ ਨੂੰ ਕੀ ਚਾਹੀਦਾ ਹੁੰਦਾ? ਹਾਂਜੀ ਹਾਂਜੀ ਜੀ, ਸੋ ਮੁੱਖ ਦੀ ਗੱਲ ਤਾਂ ਇਹ ਆ ਵੀ ਆਪਾਂ ਨੂੰ ਰਿਜ਼ਲਟ ਨਾਲ ਹੋਣਾ ਚਾਹੀਦਾ, ਸਾਰੀਆਂ ਚੀਜ਼ਾਂ ਰਿਜ਼ਲਟ ਆ ਗਿਆ, ਸਾਰਾ ਕੁਛ ਆ ਗਿਆ, ਅਤੇ ਇੱਕ ਵਧੀਆ ਪਰਿਵਾਰ ਨਾਲ ਗੱਲਬਾਤ ਕਰਨ ਨੂੰ, ਇੱਕ ਪਰਿਵਾਰਿਕ ਸਾਂਝ ਤੁਹਾਡੇ ਨਾਲ ਬਹੁਤ ਵਧੀਆ ਰਿਹਾ, ਠੀਕ ਹੈ। ਪਰ ਕੁੜੀ ਨੇ ਗੁੱਸਾ ਨਹੀਂ ਕੀਤਾ, ਕਈ ਕੁੜੀਆਂ ਵਿਚਾਰੀਆਂ ਗੁੱਸਾ ਕਰ ਜਾਂਦੀਆਂ, ਭਾਜੀ ਫਾਈਲ ਲਾ ਦਿਓ, ਮੈਨੂੰ ਇੱਕ ਵਾਰੀ ਨਹੀਂ ਇਹਨੇ ਕਿਹਾ। ਸਰ ਤੁਸੀਂ ਕਿਹਾ ਸੀਗਾ ਵੀ ਤੁਸੀਂ ਜਦ ਆਪਣੀ ਫਸਟ ਟਾਈਮ ਗੱਲ ਹੋਈ ਸੀ, ਆਪਾਂ ਜ਼ੂਮ ਮੀਟਿੰਗ ਤੇ ਗੱਲ ਕੀਤੀ ਸੀਗੀ, ਆਪਾਂ ਸਾਰੀ ਪੁਰਾਣੀ ਫਾਈਲ ਦੀ ਵੀ ਗੱਲ ਹੋਈ, ਤੁਸੀਂ ਉਦੋਂ ਕਿਹਾ ਸੀ ਵੀ ਕੋਈ ਨਾ ਜਿਵੇਂ ਵੀ ਮਰਜ਼ੀ ਔਖੇ ਸੌਖੇ ਤੇਰਾ ਘਰ ਵਾਲਾ ਇੱਥੇ ਲਿਆ ਦੇਵਾਂਗੇ, ਤੇ ਬਸ ਉਹੀ ਗੱਲ ਤੇ ਪੱਕੇ ਸੀ ਵੀ ਮਰਜ਼ੀ ਇਹਦੇ ਜੀਜ਼ਾ ਆ ਜਾਵੇ। ਠੀਕ ਹੈ, ਸੋ ਮੈਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਰੇ ਜਾਣੇ ਇੱਕ ਟਰੱਸਟ ਕਰਦੇ ਹੋ, ਯਕੀਨ ਕਰਦੇ ਹੋ, ਕਿਉਂਕਿ ਲੋਕ ਸਾਨੂੰ ਹਮੇਸ਼ਾ ਇੱਕ ਗੱਲ ਕਹਿੰਦੇ ਵੀ ਭਾਜੀ ਤੁਸੀਂ ਐਡਵਾਂਸ ਫੀਸ ਲੈਂਦੇ ਹੋ ਤੁਹਾਡੀਆਂ, ਕਿਉਂਕਿ ਅਸੀਂ ਜੋ ਸਾਡੇ ਪੋਰਟਲ ਤੋਂ ਫਾਈਲ ਜਾਂਦੀ ਆ, ਇੱਕ ਇੱਕ ਐਵੀਡੈਂਸ ਤੁਹਾਨੂੰ ਮਿਲਦਾ, ਰਿਟੇਨਰ ਐਗਰੀਮੈਂਟ ਮਿਲਦਾ ਵੀ ਕੌਣ ਤੁਹਾਡੀ ਫਾਈਲ ਲਾ ਰਿਹਾ, ਸਾਡੀ ਪੂਰੀ ਟੀਮ ਦਾ ਨਾਮ ਤੁਹਾਡੇ, ਸਾਡੇ ਇਮੀਗ੍ਰੇਸ਼ਨ ਫਰਮ ਆ ਜੋ, ਤੁਹਾਨੂੰ ਸਾਰਾ ਕੁਛ ਪਤਾ ਲੱਗਦਾ, ਸਾਡਾ ਯੂਜ਼ ਆਫ ਰੈਪ ਸਾਈਨ ਹੁੰਦਾ ਜਿਹਦੇ ਉੱਤੇ ਤੁਸੀਂ ਸਾਰੀਆਂ ਚੀਜ਼ਾਂ ਲਿਖੀਆਂ ਹੁੰਦੀਆਂ। ਤੇ ਬਾਕੀ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਵੀ ਘਰ ਵਾਲਾ ਤੁਹਾਡਾ 30 ਕੁ ਦਿਨਾਂ ਦੇ ਵਿੱਚ ਆਪਾਂ ਕੈਨੇਡਾ, 30 ਕੁ ਦਿਨ ਹੋਏ ਆ ਕਿ 31 ਹੋਏ ਆ? 30 ਹੋਏ ਨੇ ਸਾਰਾ ਹਲੇ ਤਾਂ। ਅੱਛਾ, 30 ਹੋਏ ਆ, ਹੈ 30 ਦਿਨ ਹੋਏ ਜੀ। ਅੱਛਾ ਅੱਛਾ ਅੱਛਾ, ਚਲੋ 30 ਦਿਨ ਹੋਏ ਆ, ਚਲੋ ਆਪਣਾ ਵੀਜ਼ਾ ਆ ਗਿਆ, ਸੋ ਪਾਸਪੋਰਟ ਮੈਂ ਸਬਮਿਟ ਕਰ ਦਿੰਦਾ।
ਠੀਕ ਹੈ ਤੇ ਜੇ ਤੁਸੀਂ ਕਰਨਾ ਤੁਸੀਂ ਕਰ ਦਿਓ ਨੋ ਪ੍ਰੋਬਲਮ ਤੇ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਚੰਡੀਗੜ੍ਹ ਦੀ ਜਮੈਂ ਚ ਵਧੀਆ ਨਹੀਂ ਉਹ ਤਾਂ ਆਪਾਂ ਦੇਖ ਲੈਂਦੇ ਮੈਂ ਫੋਨ ਕਰ ਲੈਂਦਾ ਤੁਹਾਨੂੰ ਦੂਜੇ ਪਾਸੇ ਕਰਦਾ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਕਾਲ ਕਰ ਲੈਂਦਾ ਮੈਂ ਤੁਹਾਨੂੰ PPR ਵੀ ਭੇਜਣੀ ਆ ਤੇ ਹੁਣ ਆਪਾਂ ਇਸ ਵੀਡੀਓ ਦੀ ਕਰੀਏ ਸਮਾਪਤੀ ਫਿਰ ਘਰੋ ਘਰੀ ਹੋਈ ਹੈ ਵੀਜ਼ਾ ਲੱਗ ਗਿਆ ਸਾਰਾ ਕੁਛ ਲੱਗ ਗਿਆ ਹਾਂਜੀ ਹਾਂਜੀ ਨਹੀਂ ਸਰ ਫਿਰ ਵੀ ਤੁਹਾਡਾ ਫਿਰ ਤੋਂ ਥੈਂਕ ਯੂ ਸੋ ਮਚ